ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਖਾਲਸ ਚਰਚਾ ਦੇ ਨਾਲ ਮੈਂ ਹਰਸ਼ਰਨ ਕੌਰ ਅਤੇ ਸਾਡੇ ਸਹਿਯੋਗੀ ਤੇ ਸੀਨੀਅਰ ਪੱਤਰਕਾਰ ਕਮਲਜੀਤ ਸਿੰਘ ਬਨਵੈਤ ਅਸੀਂ ਦੋਵੇਂ ਜੁੜ ਚੁੱਕੇ ਹਾਂ। ਬਨਵੈਤ ਸਾਹਿਬ ਬਹੁਤ ਬਹੁਤ ਸਵਾਗਤ ਹੈ ਖਾਲਸ ਚਰਚਾ ਦੇ ਵਿੱਚ। ਸੋ ਖਾਲਸ ਚਰਚਾ ਦੇ ਵਿੱਚ ਮੁੱਦਾ ਹੁੰਦਾ ਤੁਹਾਡੇ ਨਾਲ ਸਾਰੇ ਪੰਜਾਬੀਆਂ ਦੇ ਨਾਲ ਜੁੜਿਆ ਹੋਇਆ ਤੁਹਾਡਾ ਆਪਣਾ ਮੁੱਦਾ ਜਿਸਦੀ ਸਮਝ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ। ਅੱਜ ਆਪਾਂ ਗੱਲ ਕਰਾਂਗੇ ਸਿਆਸਤ ਦੀ। ਕੱਲ੍ਹ ਵੀ ਆਪਾਂ ਗੱਲ ਕੀਤੀ ਸੀ ਸਿਆਸਤਦਾਨਾਂ ਦੀ ਹੀ ਗੱਲ ਕੀਤੀ ਸੀ ਕਿਉਂਕਿ ਬੜੀ ਜ਼ਰੂਰੀ ਹੈ। ਲੋਕਾਂ ਦੇ ਉੱਤੇ ਲੋਕਾਂ ਦੇ ਰਾਜੇ ਜਿਹੜੇ ਬਣ ਕੇ ਬਹਿੰਦੇ ਨੇ, ਲੋਕਾਂ ਦਾ ਭਵਿੱਖ ਤੈਅ ਕਰਦੇ ਨੇ, ਉਹਨਾਂ ਦਾ ਰੁਜ਼ਗਾਰ, ਉਹਨਾਂ ਦੀ ਸਿੱਖਿਆ, ਸਿਹਤ, ਸਾਰੀਆਂ ਜ਼ਰੂਰੀ ਚੀਜ਼ਾਂ ਨੇ ਜਿਹੜੀਆਂ ਉਹ ਸਿਆਸਤਦਾਨਾਂ ਦੇ ਹੱਥ ਵਿੱਚ ਨੇ। ਅਤੇ ਗੱਲ ਕਰਨੀ ਬੜੀ ਜ਼ਰੂਰੀ ਹੈ ਕਿ ਕਿੱਥੇ ਕੀ ਹੋ ਰਿਹਾ। ਪੰਜਾਬ ਕਾਂਗਰਸ ਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਕਿ ਕਲੇਸ਼ ਹੈ ਜਿਹੜਾ ਉਹ ਖਤਮ ਨਹੀਂ ਹੋ ਪਾ ਰਿਹਾ। ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਵੀ ਬਣਾ ਦਿੱਤਾ ਗਿਆ, ਜੋ ਉਹ ਚਾਹੁੰਦੇ ਸੀ ਉਹ ਹੋ ਗਿਆ, ਪਰ ਫਿਰ ਵੀ ਬਾਗੀ ਧੜਾ ਜਿਹੜਾ ਉਹ ਬਗਾਵਤ ਉੱਤੇ ਹੀ ਉਤਰਿਆ ਹੋਇਆ। ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਮੁੜ ਤੋਂ ਇੱਕ ਵੱਡੀ ਜਿਹੜੀ ਮੰਗ ਉੱਠੀ ਹੈ ਕਿ ਸੀਐਮ ਦੀ ਕੁਰਸੀ 'ਤੇ ਅਸੀਂ ਕੈਪਟਨ ਸਾਹਿਬ ਨੂੰ ਨਹੀਂ ਚਾਹੁੰਦੇ, ਪਰ ਉਸ ਤੋਂ ਬਾਅਦ ਨਾਲ ਦੀ ਨਾਲ ਹੋਰ ਬੜਾ ਕੁਛ ਦੇਖਣ ਨੂੰ ਮਿਲ ਗਿਆ ਕਿ ਜਿਹੜੇ ਬਾਗੀ ਧੜੇ ਦੇ ਵਿੱਚ ਸੀ ਵਿਧਾਇਕ ਉਛਾਲਾ ਮਾਰ ਕੇ ਹੁਣ ਕੈਪਟਨ ਸਾਹਿਬ ਵੱਲ ਚਲੇ ਗਏ, ਕੋਈ ਇੱਧਰੋਂ ਉੱਧਰ ਜਾ ਰਿਹਾ, ਕੋਈ ਉੱਧਰੋਂ ਉੱਧਰ ਜਾ ਰਿਹਾ, ਮਤਲਬ ਭੁਚਾਲ ਹੈ ਜਿਹੜਾ ਉਹ ਪੂਰਾ ਪਿਆ ਹੋਇਆ ਅਤੇ ਇਸ ਭੁਚਾਲ ਨੇ ਹਾਈ ਕਮਾਂਡ ਨੂੰ ਵੀ ਵਕਤ ਪਾ ਰੱਖਿਆ। ਸੋ ਬਨਵੈਤ ਸਾਹਿਬ ਕੀ ਲੱਗਦਾ ਤੁਹਾਨੂੰ, ਨਿਬੜ ਜੂ ਚੋਣਾਂ ਤੱਕ ਕਿ ਐਂ ਚੱਲੂਗਾ? ਸ਼ਰਨ ਜੀ, ਤੁਸੀਂ ਜਿਹੜੇ ਵੱਡੇ ਵੱਡੇ ਅਮੀਰ ਲੋਕ ਆ, ਹਾਂਜੀ, ਸਰਕਾਰਾਂ ਆ, ਉਹ ਦੇਖੀਆਂ ਹੋਣੀਆਂ ਕਿ ਬੈਂਕ ਸਥਾਪਿਤ ਕਰਦੀਆਂ। ਹਾਂਜੀ ਬਿਲਕੁਲ। ਪਰ ਇੱਕ ਨਵੀਂ ਗੱਲ ਸਾਹਮਣੇ ਆਈ ਆ ਕਿ ਮਜ਼ਦੂਰਾਂ ਨੇ ਇੱਕ ਆਪਣਾ ਬੈਂਕ ਬਣਾਇਆ। ਅੱਛਾ ਜੀ, ਇਹ ਗੱਲ ਬਿਹਾਰ ਦੀ ਆ ਜੀ। ਠੀਕ ਹੈ। ਬਿਹਾਰ ਦਾ ਇੱਕ ਪਿੰਡ ਆ ਜੀ, ਉਹਦਾ ਹੈਗਾ ਨਾਂ ਪਿੰਡ ਮੁਜ਼ੱਫਰਪੁਰ। ਠੀਕ ਹੈ। ਉੱਥੋਂ ਦੇ ਜਿਹੜੇ ਗਰੀਬ ਪਰਿਵਾਰ ਆ ਨਾ ਜੀ, ਉਹਨਾਂ ਨੇ ਰਲ ਕੇ ਇੱਕ ਬੈਂਕ ਖੋਲਿਆ। ਅੱਛਾ ਜੀ, ਕਿਹੋ ਜਿਹਾ ਬੈਂਕ ਹੈ ਉਹ? ਦੇਖੋ ਉਹ ਟਰੰਕ ਬੈਂਕ ਆ। ਅੱਛਾ ਅੱਛਾ, ਬੜੀ ਹੈਰਾਨੀ ਦੀ ਗੱਲ ਆ। ਪਰ ਜੋ ਉਹਨਾਂ ਦੀ ਸੋਚ ਆ ਨਾ ਜੀ, ਉਹ ਬਹੁਤ ਕਮਾਲ ਦੀ ਆ ਕਿ ਉਹ ਆਪਣੇ ਜਿਹੜੀ ਦਿਨ ਚਰਿਆ ਦਾ ਹੈਗੀ ਆ ਰੁਟੀਨ, ਉਹਦੇ ਵਿੱਚ ਜੋ ਪੈਸਾ ਆਉਂਦਾ ਉਹ ਉਸ ਲਿਆ ਕੇ ਟਰੰਕ 'ਚ ਪਾਉਂਦੇ ਆ। ਅੱਛਾ ਜੀ, ਜਿਹੜਾ ਮਤਲਬ ਰੋਜ਼ ਜੋ ਮਜ਼ਦੂਰੀ ਮਿਲਦੀ ਉਹਨਾਂ ਨੂੰ, ਅੱਛਾ, ਉਹ ਲਿਆ ਕੇ ਉਸ ਟਰੰਕ ਵਿੱਚ ਪਾਉਂਦੇ ਆ ਸਾਰੇ ਇੱਕੋ ਟਰੰਕ 'ਚ? ਇੱਕੋ ਟਰੰਕ ਵਿੱਚ। ਮਤਲਬ ਉਹਨਾਂ ਨੇ ਪਿੰਡ ਵਿੱਚ 175 ਪਰਿਵਾਰਾਂ ਦਾ ਪਿੰਡ ਆ। ਅੱਛਾ। ਉੱਥੇ ਉਹਨਾਂ ਨੇ 5 ਬੈਂਕ ਬਣਾ ਲਏ ਇਹੋ ਜਿਹੇ। ਠੀਕ ਹੈ ਠੀਕ ਹੈ। ਅਤੇ ਉਹ 5 ਬੈਂਕਾਂ ਵਿੱਚ ਜਿਹੜੇ ਲੋਕ ਜਿਵੇਂ ਕਿਸੇ ਦਾ ਆਪਣਾ ਜਿਹੜਾ ਖਰਚਾ ਜੋਗਾ ਪੈਸਾ ਰੱਖ ਕੇ ਉਹ ਬਾਕੀ ਲਿਆ ਕੇ ਉੱਥੇ ਪੈਸੇ ਉਸ ਬੈਂਕ 'ਚ ਪਾਉਂਦੇ ਆ। ਤੇ ਉੱਥੇ ਇੱਕ ਬੰਦਾ ਬੈਠਾ ਜਿਹੜਾ ਉਹ ਨੋਟ ਕਰ ਲੈਂਦਾ ਵੀ ਕਿਹਦੇ ਕਿੰਨੇ ਕਿਹਦੇ ਕਿੰਨੇ ਪੈਸੇ ਆਏ ਆ। ਠੀਕ ਹੈ। ਔਰ ਤੁਸੀਂ ਮੰਨੋ ਕਿ ਉਹਦੇ ਵਿੱਚੋਂ ਲੋਕਾਂ ਨੂੰ ਕਰਜ਼ਾ ਵੀ ਮਿਲਣ ਲੱਗਾ। ਅੱਛਾ। 1% ਵਿਆਜ 'ਤੇ। ਠੀਕ ਹੈ। ਉਹ ਇਸ ਤਰ੍ਹਾਂ ਕਿ ਇਹ ਲੋਕਾਂ ਦਾ ਕਹਿਣਾ ਇਹ ਹੈ ਕਿ ਜਦੋਂ ਦੁੱਖ ਸੁੱਖ ਹੁੰਦਾ, ਕੋਈ ਆਫਤ ਆਉਂਦੀ ਹੈ ਕਿਸੇ 'ਤੇ, ਤਾਂ ਉਸ ਵੇਲੇ ਸਾਡੇ ਕੋਲ ਕੋਈ ਕੋਡੀ ਨਹੀਂ ਹੁੰਦੀ, ਪਰ ਜਿਹੜਾ ਉਹ ਬੈਂਕ ਹੈ ਨਾ ਜੀ, ਉਸ ਬੈਂਕ ਵਿੱਚੋਂ ਪੈਸੇ ਲਏ ਜਾ ਸਕਦੇ ਆ, ਲਏ ਜਾ ਸਕਦੇ ਆ, ਪਰ ਤੁਸੀਂ ਪੈਸੇ ਉਹ ਮੋੜਨੇ ਹੁੰਦੇ ਆ। ਠੀਕ ਹੈ। ਸੋ ਇਸ ਤਰ੍ਹਾਂ ਦੇ ਜਿਹੜਾ ਨੇ ਪਿੰਡ ਵਿੱਚ 5 ਟਰੰਕ ਰੱਖੇ ਆ। ਠੀਕ ਹੈ। ਜਿੱਥੇ ਜਿਹੜੇ 5 ਟਰੰਕਾਂ 'ਚ 175 ਪਰਿਵਾਰ ਆ, ਉਹਨਾਂ ਨੇ ਵੰਡ ਲਿਆ ਆਪਣੇ ਆਪਣਾ, ਤੇ ਉਹ 'ਚ ਲਿਆ ਕੇ ਪੈਸੇ ਪਾਉਂਦੇ ਆ। ਤੇ ਜਿਹੜਾ 1% ਵਿਆਜ ਆ ਉਹ ਕਿਹਨੂੰ ਮਿਲੂਗਾ? ਪਰ ਤੁਸੀਂ ਦੇਖੋ ਉਹ ਜਿਹੜੀ ਬਹੁਤ ਵਧੀਆ ਗੱਲ ਇਹ ਆ, ਇੱਕ ਦੋ ਗੱਲਾਂ ਬੜੀ ਚੰਗੀਆਂ ਆ। ਇੱਕ ਤਾਂ ਇਹ ਕਿ ਜਦੋਂ ਸਰਕਾਰ ਨੇ ਇਹ ਦੇਖਿਆ ਕਿ ਇਹਨਾਂ ਨੇ ਆਪਣਾ ਬੈਂਕ ਬਣਾ ਲਿਆ, ਤਾਂ ਜਿਹੜਾ ਸੋਸ਼ਲ ਸਿਕਿਉਰਿਟੀ ਸੈੱਲ ਆ, ਹਾਂਜੀ, ਉਹਨਾਂ ਨੇ ਇਹਨਾਂ ਬੈਂਕਾਂ ਨੂੰ 10-10 ਲੱਖ ਦੀ ਗ੍ਰਾਂਟ ਦੇ ਦਿੱਤੀ। ਅੱਛਾ ਜੀ, 5 ਬੈਂਕਾਂ ਨੂੰ। ਠੀਕ ਹੈ। ਉਦੋਂ ਪਹਿਲਾਂ ਕੁਝ NGO ਵੀ ਹੈਲਪ ਲਈ ਆ ਗਈਆਂ ਕਿ ਅਸੀਂ ਕੁਝ ਦਾਨ ਪਾਉਂਦੇ ਹਾਂ। ਹਾਂਜੀ। ਹੁਣ ਜਦੋਂ ਕਿਸੇ ਨੇ ਕਰਜ਼ਾ ਲੈਣਾ ਹੁੰਦਾ, ਇਹਨਾਂ ਦੀ ਸਪਤਾਹਿਕ ਮੀਟਿੰਗ ਹੁੰਦੀ ਆ। ਠੀਕ ਹੈ। ਇਸ ਸਪਤਾਹਿਕ ਮੀਟਿੰਗ ਦੇ ਵਿੱਚ ਜਿਹੜਾ ਆ ਕਿਸੇ ਦੀ ਅਰਜ਼ੀ ਮਿਲਦੀ ਹੈ ਕਿ ਮੈਂ ਕਰਜ਼ਾ ਲੈਣਾ, ਉਹ 'ਤੇ ਵਿਚਾਰ ਕਰਦੇ ਆ, ਉਹਨੂੰ ਕਰਜ਼ਾ ਦਿੰਦੇ ਆ। ਠੀਕ ਹੈ। ਪਰ ਜਿਹੜਾ ਉਸ ਬੈਂਕ ਉਹਦਾ ਉਹਨੂੰ ਟਰੰਕ ਨੂੰ ਲੌਕ ਲਾਇਆ ਹੋਇਆ ਨਾ ਜੀ, ਉਹਦੇ ਚਾਬੀਆਂ 3 ਬੰਦਿਆਂ ਕੋਲੇ ਆ, ਪ੍ਰਧਾਨ ਕੋਲੇ, ਜਨਰਲ ਸੈਕਟਰੀ ਤੇ ਖਜ਼ਾਨਚੀ ਕੋਲੇ। ਠੀਕ ਹੈ। ਮਤਲਬ 3 ਦੀ ਚਾਬੀਆਂ ਨਾਲ ਖੁੱਲਦਾ, 3 ਦੀ ਚਾਬੀਆਂ ਨਾਲ ਬੰਦ ਹੁੰਦਾ। ਤੇ ਕਮਾਲ ਦੀ ਜਿਹੜੀ ਗੱਲ ਇਹ ਆ ਕਿ ਇਹ ਜਿਹੜੇ ਲੋਕ ਆ, ਜਦੋਂ ਇਹਨਾਂ ਨੇ ਬੈਂਕ ਖੋਲਿਆ, ਇਹਨਾਂ ਜਿਹੜੇ ਹਾਲਾਤ ਅੱਗੇ ਨੂੰ ਚੰਗੇ ਹੋ ਗਏ, ਸੁਖਾਵੇਂ ਹੋ ਗਏ। ਮਤਲਬ ਇਹਨਾਂ ਵਿੱਚ ਜੀ, ਇਹਨਾਂ ਵਿੱਚ ਜਿਹੜੇ ਬਹੁਤੇ ਲੋਕ ਆ ਨਾ ਜੀ, ਉਹ ਸਿਰਫ ਉਹ ਜਿਵੇਂ ਕੋਈ ਦਰੀਆਂ ਬੁਣਦਾ, ਕੋਈ ਫਰਨੀਚਰ ਬਣਾਉਂਦਾ ਜਾਂ ਕੋਈ ਇਸ ਤਰ੍ਹਾਂ ਕਰਦਾ, ਉਹਨਾਂ ਵਿੱਚ ਉਹ ਲੋਕ ਉਹ ਲੋਕ ਜਿਹੜੇ ਹੈਗੇ ਸ਼ਾਮਿਲ ਜੀ। ਔਰ ਇਹ ਤੋਂ ਸਬਕ ਲੈ ਕੇ ਜਿਹੜੇ ਨੇੜੇ ਦੇ ਪਿੰਡ ਆ, ਉਹ ਵੀ ਜਿਹੜਾ ਆ ਅਜਿਹੇ ਬੈਂਕ ਸਥਾਪਿਤ ਕਰਨ ਲੱਗੇ ਜੀ, ਇਸ ਪਾਸੇ ਤੁਰ ਪਏ ਜੀ। ਸੋ ਮੈਨੂੰ ਜਿਹੜਾ ਇਹ ਲੱਗਦਾ ਕਿ ਇੱਕ ਤਾਂ ਬਹੁਤ ਚੰਗੀ ਪਹਿਲ ਆ ਕਿ ਤੁਸੀਂ ਆਪਣਾ ਜਿਹੜਾ ਆ ਅੱਜ ਦਾ ਮਜ਼ਦੂਰ ਵਰਗ ਵੀ ਆ, ਉਹ ਆਪਣੀ 2 ਡੰਗ ਦੀ ਰੋਟੀ ਤੋਂ ਬਿਨਾਂ ਆਪਣੀ ਸੋਸ਼ਲ ਸਿਕਿਉਰਿਟੀ ਸੋਚਣ ਲੱਗਿਆ। ਔਰ ਬੜੀ ਵਧੀਆ ਗੱਲ ਹੈ। ਔਰ ਜਿਹੜੇ ਅਸੀਂ ਜੀ, ਅਸੀਂ ਜਿਹੜੇ ਕਹਿੰਦੇ ਹਾਂ ਕਿ ਪਰਿਵਾਰ ਟੁੱਟ ਰਹੇ ਆ, ਹਾਂਜੀ, ਉਹ ਜਿਹੜਾ ਭਾਈਚਾਰਾ ਮੁੜ ਕੇ ਜੁੜ ਰਿਹਾ,
ਹਨਾ ਉਹ ਇੱਕ ਜਿਹੜੀ ਬਹੁਤ ਵਧੀਆ ਗੱਲ ਆ। ਅਗਲੀ ਗੱਲ ਇਹ ਕਿ ਜੇ ਹੁਣ ਅਸੀਂ ਜਿਹੜਾ ਸਰਕਾਰਾਂ ਦੇ ਹੱਥਾਂ ਵੱਲ ਝਾਕਣਾ ਬੰਦ ਕਰ ਦਈਏ, ਇਹ ਇਹ ਇੱਕ ਜਿਹੜੀ ਆਪਣੇ ਆਪ ਚ ਬਹੁਤ ਵਧੀਆ ਉਦਾਹਰਣ ਹੈ, ਉਦਾਹਰਣ ਹੈਗੀ। ਔਰ ਬਿਲਕੁਲ ਜਿਵੇਂ ਆਪਾਂ ਦੇਖ ਲੈਂਦੇ ਹਾਂ ਕਿ ਜਿਹੜੇ ਸਰਕਾਰੀ ਬੈਂਕ ਨੇ ਜਾਂ ਫਿਰ ਹੋਰ ਪ੍ਰਾਈਵੇਟ ਕੰਪਨੀਆਂ ਦੇ ਖੋਲੇ ਹੋਏ ਬੈਂਕ ਨੇ, ਉਹ ਤਾਂ ਜ਼ਿਆਦਾਤਰ ਗਾਹਕਾਂ ਨੂੰ ਜਿਹੜਾ ਕਰਜ਼ਾ ਹੀ ਕਰ ਦਿੰਦੇ ਨੇ, ਅਤੇ ਉਹ ਲੋੜ ਪੈਣ 'ਤੇ ਇਹ ਜਿਹੜੇ ਗਰੀਬ ਗੁਰਬੇ ਨੂੰ ਤਾਂ ਮਤਲਬ ਕਰਜ਼ਾ ਹੀ ਨਹੀਂ ਮਿਲਦਾ, ਕਿਉਂਕਿ ਕਰਜ਼ੇ ਲਈ ਤੁਹਾਨੂੰ ਕੁਛ ਨਾ ਕੁਛ ਤਾਂ ਰੱਖਣਾ ਪਊ, ਦਿਖਾਉਣਾ ਪਊਗਾ, ਸ਼ਰਤਾਂ ਬਹੁਤ ਨੇ। ਸੋ ਇਹ ਬਹੁਤ ਚੰਗੀ ਗੱਲ ਹੈ, ਅਤੇ ਬੈਂਕ ਤਾਂ ਬਾਕੀ ਵੀ ਲੋਕਾਂ ਦੇ ਹੀ ਹੁੰਦੇ ਨੇ, ਲੋਕਾਂ ਦੇ ਪੈਸੇ ਨਾਲ ਹੀ ਖੁੱਲ੍ਹਦੇ ਨੇ, ਪਰ ਇਹ ਘਰ ਭਰ ਦਿੰਦੇ ਨੇ ਉਦਯੋਗਪਤੀਆਂ ਦੇ, ਪੂੰਜੀਪਤੀਆਂ ਦੇ, ਹੁੰਦੇ ਆਪਣੇ ਵਰਗਿਆਂ ਦੇ ਨੇ ਆਮ ਲੋਕਾਂ ਦੇ। ਪਰ ਇੱਥੇ ਇੱਕ ਲਾਸਟ ਗੱਲ ਨਿੱਕੀ ਦੱਸਦਾ ਕਿ ਇਹ ਜਿਹੜੇ ਪਿੰਡ ਦੇ ਪੜ੍ਹੇ ਲਿਖੇ ਨੌਜਵਾਨ ਹੈ ਨਾ ਜੀ, ਹਾਂਜੀ, ਉਹ ਸਾਰੀ ਲਿਖਤੀ ਕਾਰਵਾਈ ਚਲਾਉਂਦੇ ਆ। ਠੀਕ ਹੈ, ਮਤਲਬ ਜਦੋਂ ਇੱਕ ਹਫ਼ਤੇ ਇੱਕ ਦਿਨ ਲੋਕ ਜੁੜਦੇ ਆ ਉੱਥੇ, ਤਾਂ ਜਿਹੜੇ ਪੜ੍ਹੇ ਲਿਖੇ ਨੌਜਵਾਨ ਆ ਉਹ ਆਪਣੇ ਆਪ ਆ ਕੇ ਵਲੰਟਰੀ ਸੇਵਾ ਕਰਦੇ ਆ ਕਿ ਅਸੀਂ ਜਿਹੜੀ ਅੱਜ ਦੀ ਕਾਰਵਾਈ ਉਹ ਵੀ ਲਿਖਦੇ ਹਾਂ, ਕਿੰਨੇ ਕਿੰਨਾ ਲੋਨ ਲਿਆ ਉਹ ਵੀ ਉਹਨੇ ਲਿਖ ਦੇਣਾ, ਤੇ ਕਿੰਨਾ ਵਿਆਜ ਆਇਆ ਉਹ ਵੀ ਲਿਖਣਾ, ਨਾਲੇ ਹਿਸਾਬ ਕਿਤਾਬ ਬੜਾ ਜ਼ਰੂਰੀ ਹੈ, ਤੇ ਉਹਦੇ ਵਿੱਚ ਉਸ ਤੋਂ ਵੱਧ ਜ਼ਰੂਰੀ ਹੈ ਪਾਰਦਰਸ਼ਿਤਾ, ਲੋਕਾਂ ਨੂੰ ਪਤਾ ਲੱਗਦਾ ਰਹੇ ਤੇ ਇੱਕ ਸੰਤੁਸ਼ਟੀ ਰਹਿੰਦੀ ਹੈ ਸਭ ਕੁਛ ਠੀਕ ਚੱਲ ਰਿਹਾ। ਸੋ ਇਹ ਬੜੀ ਵਧੀਆ ਮਿਸਾਲ ਹੈ, ਤੇ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਆਪਣੇ ਸੂਬੇ ਦੇ ਵਿੱਚ ਵੀ ਆ ਜਾਵੇ, ਪੰਜਾਬ 'ਚ ਵੀ ਕੋਈ ਇਹੋ ਜਿਹੀ ਪਹਿਲ ਹੋ ਜਾਵੇ। ਪਿੰਡਾਂ ਦੀਆਂ ਆਪਾਂ ਸਹਿਕਾਰੀ ਸੁਸਾਇਟੀਆਂ ਕਹਿੰਦੀਆਂ, ਉਹ ਇਹਦਾ ਨਮੂਨਾ ਸੀ, ਇਹ ਵੱਖਰੀ ਗੱਲ ਹੈ ਕਿ ਹੁਣ ਉਹ ਜਿਹੜੀਆਂ ਆ ਜਾਂ ਉਹ RBI ਕੋਲ ਜਾਣ ਲੱਗੀਆਂ ਜਾਂ ਉਹਨਾਂ ਪਿੰਡਾਂ 'ਚ ਸਿਆਸਤ ਆ ਗਈ ਈਵਨ ਜਾਂ, ਹਨਾ ਉਹ ਸਾਰਾ ਕੁਝ ਜਿਹੜਾ ਆ ਉਹ ਬਦਲ ਗਿਆ ਰੂਪ ਜੀ, ਜਿਹੜਾ ਸ਼ੁਰੂਆਤ ਜਿਹੜੀ ਉਹ ਇਸ ਤਰ੍ਹਾਂ ਦੀ ਸੀ, ਇਸ ਤਰ੍ਹਾਂ ਹੀ ਹੋਈ ਸੀ। ਸੋ ਬਨਵੈਰ ਸਾਹਿਬ ਆਪਾਂ ਹੁਣ ਫਿਰ ਇੱਧਰ ਆ ਜਾਈਏ ਸਿਆਸਤ ਵੱਲ। ਦੇਖੋ ਓਪਰੀ ਨਜ਼ਰੇ ਜੇ ਆਪਾਂ ਇਹਦਾ ਸਾਰੇ ਦਾ ਮੈਂ ਜੋ ਵਿਸ਼ਲੇਸ਼ਣ ਕੀਤਾ ਨਾ ਬੜੀ ਗੰਭੀਰਤਾ ਨਾਲ ਜੀ, ਓਪਰੀ ਨਜ਼ਰੇ ਤੁਹਾਨੂੰ ਇਹ ਲੱਗਦਾ ਕਿ ਇਹ ਜਿਹੜਾ ਸੰਕਟ ਆ ਇਹ ਕਾਂਗਰਸ ਦੇ ਅੰਦਰੋਂ ਪੈਦਾ ਹੋਇਆ? ਅੱਛਾ, ਅੰਦਰੋਂ ਨਹੀਂ ਹੋਇਆ, ਪਰ ਮੈਂ ਇਹ ਮੰਨਦਾ ਜੋ ਮੈਂ ਬੜਾ ਇਹਨੂੰ ਸਟੱਡੀ ਕੀਤਾ ਕਿ ਇਹ ਸਿਰਫ ਕਾਂਗਰਸ ਦੇ ਅੰਦਰੋਂ ਕਲੇਸ਼ ਨਹੀਂ ਖੜਾ ਹੋਇਆ, ਹਾਂਜੀ, ਐਕਚੁਅਲੀ ਇਹ ਕਿਸਾਨਾਂ ਤੇ ਜਾਗਦੇ ਹੋਏ ਪੰਜਾਬੀਆਂ ਦੇ ਡੰਡੇ ਦਾ ਡਰ ਆ। ਅੱਛਾ ਜੀ ਜੀ, ਬਿਲਕੁਲ, ਜੇ ਆਪਾਂ ਡੂੰਗੀ ਨਜ਼ਰ ਨਾਲ ਦੇਖੀਏ। ਦੇਖੋ ਮੈਂ ਮਤਲਬ ਕੱਲ ਦਾ ਨਾ ਇੱਥੇ ਬੜਾ ਹੀ ਅਧਿਐਨ ਕੀਤਾ, ਮੈਂ ਕੁਝ ਜਿਹੜੇ ਸਿਆਸੀ ਮਾਹਰ ਉਹਨਾਂ ਨਾਲ ਗੱਲ ਵੀ ਕੀਤੀ ਆ ਜੀ ਜੀ, ਤੇ ਮੈਂ ਸਿੱਟੇ ਤੇ ਪਹੁੰਚਿਆ ਜੇ ਆਪਾਂ ਜਦੋਂ ਦਾ ਇਹ ਬਗਾਵਤ ਸ਼ੁਰੂ ਹੋਈ ਹੈ ਪੰਜਾਬ ਕਾਂਗਰਸ ਦੀ ਉਹਨੂੰ ਲੈ ਲਈਏ ਜੀ, ਜਾਂ ਜੋ ਕੱਲ ਕੁਝ ਵਾਪਰਿਆ ਠੀਕ ਹੈ ਉਹਨੂੰ ਲੈ ਲਈਏ, ਤਾਂ ਇਹ ਕਾਂਗਰਸ ਦਾ ਕਲੇਸ਼ ਜਿਹੜਾ ਹੈ ਨਾ ਜੀ, ਇਹਨੂੰ ਆਪਾਂ ਕਾਂਗਰਸ ਦਾ ਕਲੇਸ਼ ਕਹਿ ਸਕਦੇ ਹਾਂ, ਪਰ ਅਸਲ 'ਚ ਇਹ ਜਿਹੜਾ ਆ ਇਹਦੇ ਪਿੱਛੇ ਜਿਹੜਾ ਡੰਡਾ ਆ ਨਾ ਜੀ ਉਹ ਕਿਸਾਨਾਂ ਦਾ ਆ ਜਾਂ ਉਹ ਲੋਕਾਂ ਦਾ ਆ ਜਿਹੜੇ ਹੁਣ ਪਿੰਡਾਂ 'ਚ ਗਏ ਲੀਡਰਾਂ ਦੀਆਂ ਬਾਹਾਂ ਮਰੋੜਦੇ ਆ। ਬਿਲਕੁਲ, ਦੇਖੋ ਤੁਸੀਂ ਕੱਲ੍ਹ ਦੀ ਨਜ਼ਰੇ ਆਪਾਂ ਕਹਿ ਲਾਂਗੇ ਇਹ ਕਿ ਜਿਹੜੇ ਉਹ ਹਰੀਸ਼ ਰਾਵਤ ਨੇ ਜੈਸੇ ਥੇ ਵੈਸੇ ਮੋੜਤਾ, ਲੋਟ ਕੇ ਬੁੱਧੂ ਘਰ ਕੋ ਆਏ, ਜੋ ਮਰਜ਼ੀ ਕਹੀ ਜਾਓ, ਬਿਲਕੁਲ ਹੈਨਾ, ਪਰ ਅਸਲ ਜਿਹੜੀ ਗੱਲ ਆ ਉਹ ਮੈਨੂੰ ਇਹ ਲੱਗਦਾ ਕਿ ਇਹ 'ਚ ਨਾ ਕੈਪਟਨ ਜਿੱਤਿਆ ਹਾਂਜੀ ਅਤੇ ਨਾ ਵਿਰੋਧੀ ਹਾਰੇ ਆ। ਠੀਕ ਹੈ, ਪਹਿਲੀ ਗੱਲ ਤਾਂ ਦੇਖੋ ਆਪਾਂ ਇਸ ਗੱਲ ਨੂੰ ਥੋੜ੍ਹਾ ਜਿਹਾ ਮੰਨਣਾ ਚਾਹੀਦਾ ਕਿ ਜੋ ਹਰੀਸ਼ ਰਾਵਤ ਨੇ ਕੱਲ੍ਹ ਕਿਹਾ ਕਿ 2022 ਦੀਆਂ ਚੋਣਾਂ ਕੈਪਟਨ ਦੀ ਅਗਵਾਈ ਚਲੇ ਜਾਣਗੀਆਂ, ਉੱਥੇ ਹਾਲ ਦੀ ਕੜੀ ਕੋਈ ਬਹੁਤ ਜ਼ਿਆਦਾ ਜਿਹੜਾ ਆ ਉਹ ਆਪਾਂ ਮਤਲਬ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਅੱਛਾ, ਕਿਉਂਕਿ ਕਾਂਗਰਸ ਘੁੰਮਦੀ ਆ ਤਿੰਨ ਬੰਦਿਆਂ ਦੇ ਵਾਲੇ ਇਸ ਵੇਲੇ, ਇੱਕ ਪਰਿਵਾਰ ਦੇ ਜਿਹੜੇ ਤਿੰਨ ਮੈਂਬਰ ਆ, ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਦੇ ਵਾਲੇ ਘੁੰਮਦੀ ਆ। ਯਾਨੀ ਕਿ ਹਰੀਸ਼ ਰਾਵਤ ਦੇ ਬਿਆਨ ਦਾ ਕੋਈ ਬਹੁਤੇ ਮਾਇਨੇ ਨਹੀਂ ਰੱਖਦਾ, ਇੰਨੇ ਅਰਥ ਨਹੀਂ ਲੈਣੇ ਚਾਹੀਦੇ ਜਿੰਨਾ ਕੁ ਅਸੀਂ ਅੰਦਾਜ਼ੇ ਲਾਉਣ ਲੱਗੇ ਜੀ ਕੈਪਟਨ ਸਾਹਿਬ ਜਿੱਤ ਗਏ ਤੇ ਵਿਰੋਧੀਆਂ ਨੂੰ ਮੋੜਤਾ, ਹੈ ਨਾ, ਇੱਦਾਂ ਦੀ ਗੱਲ ਹਲੇ ਕੋਈ ਮੈਨੂੰ ਲੱਗਦਾ ਉਹ ਨਹੀਂ ਹੈ। ਚਾਹੇ ਸੋਨੀਆ ਗਾਂਧੀ ਨੇ ਉਹਨਾਂ ਨੂੰ ਕੱਲ੍ਹ ਫੋਨ 'ਤੇ ਕਿਹਾ ਸੀ ਇਹ ਗੱਲ ਕਿ ਤੁਸੀਂ ਆਪਣੇ ਲੈਵਲ 'ਤੇ ਨਿਪਟਾ ਲਓ, ਠੀਕ ਹੈ, ਪਰ ਜੇ ਤੁਸੀਂ ਉਦੋਂ ਬਾਅਦ ਜਿਹੜੀ ਇੱਕ ਡਿਵੈਲਪਮੈਂਟ ਦੇਖੋ ਕਿ ਸੁਖਜਿੰਦਰ ਸਿੰਘ ਰੰਧਾਵੇ ਨੇ ਇੱਕ ਟਵੀਟ 'ਤੇ ਸੁਨੇਹਾ ਪਾ ਦਿੱਤਾ ਸੀਗਾ ਕਿ ਅਗਲੀਆਂ ਚੋਣਾਂ ਜਿਹੜਾ 2022 ਦੀਆਂ ਚੋਣਾਂ ਆ ਉਹ ਕੈਪਟਨ ਅਮਰਿੰਦਰ ਸਿੰਘ ਦੀ ਆਵਾਜ਼ ਲੜੀਆਂ ਜਾਣਗੀਆਂ, ਫਿਰ ਉਹਨਾਂ ਨੇ ਮਟੇ ਲਿਆ। ਬਿਲਕੁਲ, ਜੋ ਮੈਨੂੰ ਲੱਗਦਾ ਸਾਰਾ ਕੁਝ ਮੈਂ ਸਟੱਡੀ ਕੀਤਾ ਉਦੋਂ ਬਾਅਦ ਇਹ ਆ ਕਿ ਕਾਂਗਰਸੀ ਚਾਹੇ ਉਹ ਅਮਰਿੰਦਰ ਧੜਾ ਹੋਵੇ ਹਾਂਜੀ ਚਾਹੇ ਵਿਰੋਧੀ ਧੜਾ ਹੋਵੇ ਜੀ, ਲੋਕਾਂ ਵਿੱਚ ਜਾਣ ਤੋਂ ਡਰਦੇ ਆ। ਅਸਲ ਜਿਹੜੀ ਕਹਾਣੀ ਆ ਉਹ ਇੱਥੇ ਪਹੁੰਚੀ ਮੈਨੂੰ ਲੱਗਦਾ, ਬਿਲਕੁਲ ਬਿਲਕੁਲ, ਉਹਦਾ ਕਾਰਨ ਇਹ ਆ ਕਿ ਜਿਹੜਾ ਵਿਰੋਧੀ ਧੜਾ ਆ ਉਹ ਕਹਿ ਰਹੇ ਆ ਕਿ 4.5 ਸਾਲ ਕੈਪਟਨ ਸਾਹਿਬ ਅੰਦਰ ਬੈਠੇ ਰਹੇ ਆ, ਹੁਣ ਜਦੋਂ ਲੋਕਾਂ ਕੋਲ ਜਾ ਕੇ ਮਤਲਬ ਛਿੱਤਰ ਖਾਣ ਦੀ ਵਾਰੀ ਕਹਿ ਲਈਏ, ਕਿਉਂਕਿ ਇਹ ਮੈਂ ਛਿੱਤਰ ਖਾਣਾ ਇਸ ਲਈ ਸੋਚ ਕੇ ਸ਼ਬਦ ਵਰਤਿਆ ਬੜਾ, ਕਿਉਂਕਿ ਛਿੱਤਰ ਪੈ ਰਹੇ ਨੇ, ਪੈ ਵੀ ਰਹੇ ਆ, ਕਿਉਂਕਿ ਜਦੋਂ ਅਸੀਂ ਕੁਛ ਮੰਗਣ ਆਉਂਦੇ ਆ ਵੋਟਰ ਮੰਗਣ ਆਉਂਦੇ ਆ ਇਹਨਾਂ ਕੋਲੋਂ ਤਾਂ ਇਹ ਡੰਡੇ ਮਾਰਦੇ ਆ ਜੀ। ਬਿਲਕੁਲ, ਹੈਨਾ, ਤਾਂ ਹੁਣ ਜਿਹੜਾ ਵੋਟਰ ਆ ਉਹਦਾ ਮੌਕਾ ਆ ਕਿ ਉਹ ਇਹਨਾਂ ਦੇ ਛਿੱਤਰ ਮਾਰ ਸਕੇ, ਬਿਲਕੁਲ, ਔਰ ਮਾਰਨੇ ਚਾਹੀਦੇ ਆ ਜੋ ਪੈਣੇ ਸ਼ੁਰੂ ਹੋ ਗਏ, ਤੇ ਜਿਹੜਾ ਬਾਗੀ ਧੜਾ ਆ ਨਾ ਜੀ ਉਹ ਇਹ ਚਾਹੁੰਦਾ ਕਿ ਜਿਹੜੇ ਹੁਣ ਜਦੋਂ ਵੋਟਾਂ ਆ ਗਈਆਂ
ਹੁਣ ਪਿੰਡਾਂ ਜਾਣਾ ਪੈਣਾ ਉਹ ਜਿਹੜੇ ਲੋਕਾਂ ਦੇ ਡੰਡੇ ਆ ਉਹ ਕੈਪਟਨ ਅਮਰਿੰਦਰ ਸਿੰਘ ਖਾਵੇ ਅਸੀਂ ਕਿਉਂ ਖਾਈਏ ਬਿਲਕੁਲ ਕਿਉਂਕਿ ਉਹੀ ਹੈ ਕਿ ਨਾਮ ਤਾਂ ਕੈਪਟਨ ਸਾਹਿਬ ਦਾ ਹੀ ਆਉਂਦਾ ਕਿ ਕੰਮ ਨਹੀਂ ਕੀਤਾ ਹੁਣ ਇਹ ਕਹਿੰਦੇ ਅਸੀਂ ਵੋਟਾਂ ਕਿਹੜੇ ਮੂੰਹ ਨਾਲ ਮੰਗਣ ਇਹੋ ਇਹੋ ਜੀ ਦੇਖੋ ਇਹ ਇਹਨਾਂ ਦਾ ਕਹਿਣਾ ਹੈ ਵੀ ਜੇ ਜਦੋਂ ਕੈਪਟਨ ਨੇ ਗੁਟਕੇ ਦੇ ਉੱਤੇ ਹੱਥ ਰੱਖ ਕੇ ਸਹੁੰ ਖਾਧੀ ਸੀ ਤਦ ਵੀ ਆਲੇ ਦੁਆਲੇ ਖੜੇ ਸੀਗੇ ਜੇ ਬੇਰੁਜ਼ਗਾਰੀ ਦਾ ਇਹਨਾਂ ਨੇ ਕਿਹਾ ਸੀ ਘਰ ਘਰ ਰੁਜ਼ਗਾਰ ਦੇਣ ਦਾ ਉਹ ਵੀ ਇਹ ਉਸ ਵੇਲੇ ਨਾਲ ਖੜੇ ਸੀ ਤੁਹਾਡੇ ਤੁਹਾਡੇ ਧਿਆਨ 'ਚ ਹੋਣਾ ਜੇ ਮੇਰੀ ਅੱਖਾਂ ਮੂਹਰੇ ਬਹੁਤ ਵਾਰੀ ਉਹ ਤਸਵੀਰ ਘੁੰਮਦੀ ਰਹਿੰਦੀ ਹੈ ਜਦੋਂ ਕੈਪਟਨ ਸਾਹਿਬ ਤਲਵੰਡੀ ਸਾਬੋ ਗੁਟਖਾਤ ਵੜ ਕੇ ਸਹੁੰ ਖਾਂਦੇ ਸੀ ਤਾਂ ਇਹ ਸੁੱਖੀ ਰੰਧਾਵਾ ਹੁਣੀ ਤੇ ਉਹ ਤੁਹਾਡਾ ਕਾਂਗੜੇ ਸਾਰੇ ਉਹਦੇ ਕੋਲੇ ਖੜੇ ਸੀ ਹਨਾ ਮੇਰੇ ਅੱਖਾਂ ਮੂਹਰੇ ਫਿਲ ਸਹੀ ਆ ਰਿਹਾ ਔਰ ਹੁਣ ਤੱਕ ਨਾਲ ਰਹੇ ਨੇ ਸੱਜੀ ਖੱਬੀ ਬਾਹਾਂ ਵਾਲੇ ਨਸ਼ਿਆਂ ਦਾ ਆਪਾਂ ਖਾਤਮਾ ਕਹਿ ਲਈਏ ਜਿਹੜਾ ਇਹ ਕਹਿ ਲਈਏ ਤੁਹਾਡਾ ਬੇਅਦਬੀ ਮੁੱਦਾ ਆ ਇਹ ਸਾਰਿਆਂ ਤੇ ਇਹ ਗੱਜ ਵੱਜ ਕੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਖੜ ਕੇ ਨਾਅਰੇ ਲਾਉਂਦੇ ਰਹੇ ਆਪਾਂ ਇਹ ਕਹਿ ਲਈਏ ਕਿ ਉਹਨਾਂ ਦਿਨਾਂ ਵਿੱਚ ਇਸੇ ਬ੍ਰਿਗੇਡ ਨੇ ਜਿਹੜਾ ਵਿਰੋਧ ਕਰ ਰਿਹਾ ਕੈਪਟਨ ਨੂੰ ਖੜਾ ਵੀ ਕੀਤਾ ਸੀਗਾ ਹੁਣ ਅਸਲ 'ਚ ਜਿਹੜੀ ਲੜਾਈ ਇਹ ਆ ਕਿ ਤੁਸੀਂ ਇੱਕ ਹੋਰ ਦੇਖਿਆ ਹੋਣਾ ਕੈਪਟਨ ਸਾਹਿਬ ਮੈਨੂੰ ਧਿਆਨ ਹੈ ਇਸ ਗੱਲ ਦਾ ਕਿ ਜਦੋਂ 2017 ਦੀਆਂ ਚੋਣਾਂ ਹੋਣੀਆਂ ਸੀਗੀਆਂ ਕੈਪਟਨ ਸਾਹਿਬ 2016 ਵਿੱਚ ਪੰਜਾਬ ਦਾ ਕਪਤਾਨ ਹੇਠ ਨਾਂ ਹੇਠ ਪ੍ਰੋਗਰਾਮ ਕਰਦੇ ਫਿਰਦੇ ਸੀਗੇ ਜੀ ਜੀ ਇਹਨਾਂ ਨੇ ਗੌਰਮੈਂਟ ਮੈਡੀਕਲ ਕਾਲਜ ਸੈਕਟਰ 32 ਦੇ ਜਿਹੜਾ ਹਾਲ ਆ ਨਾ ਉੱਥੇ ਫੰਕਸ਼ਨ ਕੀਤਾ ਸੀ ਤੇ ਮੈਂ ਉੱਥੇ ਮੈਨੂੰ ਯਾਦ ਆ ਕਿ ਕੈਪਟਨ ਸਾਹਿਬ ਨੇ ਜੋ ਸਾਡੇ ਨਾਲ ਗੱਲਬਾਤ ਕੀਤੀ ਸੀ ਮੀਡੀਆ ਨਾਲ ਉਸ ਵੇਲੇ ਕਿਹਾ ਸੀ ਕਿ ਮੇਰੀ ਆਖਰੀ ਇਲੈਕਸ਼ਨ ਆ ਤੁਹਾਡੇ ਧਿਆਨ 'ਚ ਹੋਣਾ ਹਾਂਜੀ ਹਾਂਜੀ ਬਿਲਕੁਲ ਇਹ ਬਿਆਨ ਦਿੱਤਾ ਸੀ ਉੱਥੇ ਜੀ ਉਦੋਂ ਬਾਅਦ ਕੈਪਟਨ ਸਾਹਿਬ ਹੁਣ ਫਿਰ ਕੁਛ ਮਹੀਨੇ ਪਹਿਲਾਂ ਕਹਿਣ ਲੱਗ ਗਏ ਸੀ ਕਿ ਮੈਂ ਜਿਹੜੀ ਆ ਮੁੜ ਕੇ CM ਬਣੂੰਗਾ ਮੁੜ ਕੇ ਮੈਂ ਕਰੂੰਗਾ ਹਾਲੇ ਤਾਂ ਮੇਰੀ ਸਿਹਤ ਠੀਕ ਹੈ ਜੀ ਹੁਣ ਤੁਸੀਂ ਦੇਖਿਓ ਕਿ ਪਿਛਲੇ 2 ਮਹੀਨੇ ਤੋਂ ਕੈਪਟਨ ਸਾਹਿਬ ਬਿਲਕੁਲ ਨਹੀਂ ਕਹਿ ਰਹੇ ਅਗਲਾ CM ਮੈਂ ਹੋਊਂਗਾ ਜਾਂ ਮੈਂ ਕਰੂੰਗਾ ਬਿਲਕੁਲ ਨਹੀਂ ਕਹਿ ਰਹੇ ਬਿਲਕੁਲ ਬਿਲਕੁਲ ਜੋ ਹਾਲਾਤ ਬਣੇ ਹੁਣ ਤੁਸੀਂ ਇਹ ਵੀ ਦੇਖਿਓ ਕਿ ਸਿੱਧੂ ਸਾਹਿਬ ਵੀ ਹੁਣ ਖੁੱਡ 'ਚ ਵੜ ਗਏ 5-10 ਦਿਨ ਤੋਂ 15 ਦਿਨ ਤੋਂ ਉਹ ਵੀ ਨਿਕਲ ਰਹੇ ਬਿਲਕੁਲ ਜਿਹੜੀ ਅਸਲ ਇਸ ਵੇਲੇ ਡਰਿਆ ਨਾ ਜੀ ਉਹ ਕਿਸਾਨ ਅੰਦੋਲਨ ਤੇ ਲੋਕਾਂ ਦਾ ਖਾਣ ਲੱਗਾ ਜੀ ਤੇ ਹੁਣ ਕੈਪਟਨ ਉਹ ਲੋਕ ਇਹ ਕਹਿੰਦੇ ਆ ਕਿ ਜਿਸ ਕੈਪਟਨ ਨੇ 4.5 ਸਾਲ ਆਪਣੇ ਜਿਹੜਾ ਪੈਲਸ ਆ ਉੱਥੇ ਬਹਿ ਕੇ AC ਦੀ ਹਵਾ 'ਚ ਨਜ਼ਾਰੇ ਲਏ ਆ ਹੁਣ 4 ਸਾਲ ਲੋਕਾਂ ਦੇ ਡੰਡੇ ਉਹ ਖਾਵੇ ਜੀ ਤੇ ਉਹ ਤੁਸੀਂ ਦੇਖਿਆ ਵੀ ਹੋਣਾ ਹੁਣ ਪਿੱਛੇ ਜਿਹਾ ਇਹਨਾਂ ਨੇ ਮੰਗ ਵੀ ਕਰਤੀ ਸੀਗੀ ਜੋ 2 ਦਿਨ ਪਹਿਲਾਂ ਮੰਗ ਕੀਤੀ ਸੀ ਬਾਗੀਆਂ ਨੇ ਕਿ ਜੇ ਸੁਖਵੀਰ ਸਿੰਘ ਬਾਦਲ 100 ਦਿਨ ਦੀ ਯਾਤਰਾ ਤੇ ਜਾ ਸਕਦਾ ਤਾਂ ਕੈਪਟਨ ਸਾਹਿਬ ਕਿਉਂ ਨਹੀਂ ਨਿਕਲ ਰਹੇ ਔਰ ਦੂਜੀ ਗੱਲ ਇਹ ਹਾਈਕਮਾਂਡ ਵੀ ਇਹ ਗੱਲ ਇੱਕ ਅਸ਼ਕਲ ਹਾਈਕਮਾਂਡ ਨੇ ਜਾਂ ਸ੍ਰੀ ਹਰੀਸ਼ ਰਾਵਤ ਨੇ ਵੀ ਇਸ਼ਾਰਾ ਦਿੱਤਾ ਕਿ ਜੇ ਕੈਪਟਨ ਸਾਹਿਬ ਕਿਸਾਨਾਂ ਦਾ ਮਸਲਾ ਮਾੜਾ ਜਿਹਾ ਬਾਹਰ ਆਪਣੇ ਉੱਥੋਂ ਨਿਕਲ ਕੇ ਆਪਣੇ ਮਹਿਲ ਵਿੱਚੋਂ ਬਾਹਰ ਆ ਕੇ ਜਿਹੜਾ ਉਹਨਾਂ ਦਾ ਫਾਰਮ ਹਾਊਸ ਆ ਮਿਲੇ ਆ ਕਿਸਾਨਾਂ ਨੂੰ ਤਾਂ ਮਸਲਾ ਹੱਲ ਹੋ ਗਿਆ ਤੇ ਜੇ ਹਰੀਸ਼ ਰਾਵਤ ਨੇ ਵੀ ਕਿਹਾ ਬਾਕੀ ਵੀ ਇਹ ਕਹਿੰਦੇ ਆ ਕਿ ਜੇ ਕੈਪਟਨ ਸਾਹਿਬ ਪਿਛਲੇ 4.5 ਸਾਲ ਨਹੀਂ ਪਿਛਲੇ 2 ਸਾਲ ਹੀ ਲੋਕਾਂ ਨੂੰ ਚਿਹਰਾ ਦਿਖਾਉਣ ਦੇ ਲੋਕਾਂ ਨੂੰ ਜਵਾਬ ਦੇਣ ਦੇ ਤਾਂ ਆਹ ਬਗਾਵਤ ਦੀ ਨੌਬਤ ਨਹੀਂ ਸੀ ਨਹੀਂ ਸੀ ਆਉਣੀ ਬਿਲਕੁਲ ਹੁਣ ਜਿਹੜੀ ਅਸਲ ਲੜਾਈ ਜਿਹੜੀ ਆ ਨਾ ਜੀ ਇਹ ਉਹ ਇਹ ਆ ਕਿ ਲੋਕਾਂ ਨੂੰ ਕੋਈ ਵੀ ਫੇਸ ਨਹੀਂ ਕਰਨਾ ਚਾਹੁੰਦਾ ਹਾਂਜੀ ਠੀਕ ਆ ਨਾ ਜੀ ਪਰ ਇੱਥੇ ਮੈਂ ਗੱਲ ਹੋਰ ਤੁਹਾਡੇ ਨਾਲ ਕਹਿਣੀ ਚਾਹੁੰਦਾ ਲੋਕਾਂ ਦੇ ਵਿਰੋਧ ਨੂੰ ਨਹੀਂ ਫੇਸ ਕਰਨਾ ਚਾਹੁੰਦੇ ਕੋਈ ਨਹੀਂ ਕਰਨਾ ਚਾਹੁੰਦਾ ਲੋਕਾਂ ਕੋਲ ਤਾਂ ਜਾਣ ਨੂੰ ਤਿਆਰ ਨੇ ਜੀ ਪਰ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਕਿ ਸਰਕਾਰ ਕਦੇ ਵੀ ਕੈਪਟਨ ਜਾਂ ਮੁੱਖ ਮੰਤਰੀ ਦੀ ਨਹੀਂ ਹੁੰਦੀ ਹੈਗੀ ਤੁਸੀਂ 4.5 ਸਾਲ ਵੀ ਕੈਪਟਨ ਦੇ ਕੱਛਾਂ 'ਚ ਬੜੇ ਰਹੇ ਹੋ ਹਨਾ ਉਹ ਜ਼ਿੰਮੇਵਾਰੀ ਜੇ ਮਤਲਬ ਆਪਾਂ ਹੁਣ ਜਿਹੜੀ ਜ਼ਿੰਮੇਵਾਰੀ ਆ ਜੇ ਇਕੱਲੇ ਕੈਪਟਨ ਸਾਹਿਬ ਦੀ ਕਹਿ ਲਈ ਉਹ ਨਹੀਂ ਬਣਦੀ ਸਰਕਾਰ ਦੀ ਜਿਹੜੀ ਮਾੜੀ ਪਰਫੋਰਮੈਂਸ ਆ ਜਿਹੜੀ ਪਰਫੋਰਮੈਂਸ ਰਹੀ ਨਹੀਂ ਉਹਦੇ ਵਿੱਚ ਇਹ ਸਾਰੇ ਜਿਹੜੇ ਮੰਤਰੀ ਆ ਇਹ ਵੀ ਕਿਤੇ ਭਾਈਵਾਲ ਨੇ ਬਿਲਕੁਲ ਭਾਈਵਾਲ ਨੇ ਹੁਣ ਆਪਾਂ ਇੱਕ ਉਦਾਹਰਨ ਲੈ ਲੈਂਦੇ ਹਾਂ ਆਪਾਂ ਤਾਂ ਕਦੇ ਵੀ ਨਹੀਂ ਕਹਿ ਰਹੇ ਕਿ ਮਨਪ੍ਰੀਤ ਤਾਂਬੇ ਦਾ ਤਗਮਾ ਜਿੱਤ ਕੇ ਲਿਆਇਆ ਜੀ ਓਲੰਪਿਕ ਚੋਂ ਆਪਾਂ ਤਾਂ ਭਾਰਤੀ ਹਾਕੀ ਟੀਮ ਕਹਿ ਰਹੇ ਹਾਂ ਬਿਲਕੁਲ ਸੋ ਜਿਹੜੇ ਇਹ ਮੰਤਰੀ ਜਿਹੜੇ ਇਸ ਵੇਲੇ ਕਹਿ ਰਹੇ ਕੈਪਟਨ ਜਾ ਕੇ ਬਾਹਰ ਜਵਾਬ ਦੇਵੇ ਉਹ ਸਿਰਫ ਮਤਲਬ ਕਿ ਕੈਪਟਨ ਨਹੀਂ ਇਹ ਸਾਰਿਆਂ ਦੀ ਜਿਹੜੀ ਉਨਾ ਹੀ ਸਾਰਿਆਂ ਲਈ ਇਹ ਤਾਂ ਆਪਣੇ ਗਲੋਂ ਗਲਾਵਾਂ ਲਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਨੇ ਇੱਕ ਜਿਹੜੀ ਬਾਗੀਆਂ ਦੀ ਜਿਹੜੀ ਹੋਰ ਅੰਦਰਲਾ ਦੁੱਖ ਆ ਜੋ ਇਹ ਨਹੀਂ ਦੱਸ ਰਹੇ ਪਰ ਜਿਹੜਾ ਉਹਨਾਂ ਨੂੰ ਦੁੱਖ ਆ ਉਹ ਇਹ ਕਿ ਕੈਪਟਨ ਸਾਹਿਬ ਪਿਛਲੇ ਸਮੇਂ ਦੌਰਾਨ 2 ਲੋਕਾਂ ਵਿੱਚ ਘਿਰੇ ਰਹੇ ਆ ਇੱਕ ਦਰਬਾਰੀਆਂ ਵਿੱਚ ਜੀ ਇੱਕ ਆਪਣੇ ਹਮਾਇਤੀਆਂ ਵਿੱਚ ਜੀ ਜਿਹੜੇ ਹਮਾਇਤੀ ਆਪਾਂ ਇਹਨਾਂ ਨੂੰ ਜਿਹੜੇ ਆਹ ਸੁਖੀ ਰੰਧਾਵੇ ਹੋਣੀ ਜਾਂ ਤੇਰੇ ਫਿਰ ਬਾਜਵਾ ਹੋਣੀ ਇਹਨਾਂ ਨੂੰ ਹੀ ਕਹਾਂਗੇ ਬਿਲਕੁਲ ਪਰ ਪਿਛਲੇ ਸਮੇਂ 'ਚ ਆ ਕੇ ਕੈਪਟਨ ਸਾਹਿਬ ਆਪਣੇ ਦਰਬਾਰੀਆਂ ਵਿੱਚ ਜ਼ਿਆਦਾ ਘਿਰ ਗਏ ਅਤੇ ਜਿਹੜਾ ਇਹ ਜਿਹੜਾ ਗਰੁੱਪ ਸੀ ਜਿਹੜੇ ਹਮਾਇਤੀ ਸੀਗੇ ਡਟ ਕੇ ਖੜੇ ਵੀ ਸੀਗੇ ਇਹਨਾਂ ਨੂੰ ਲੱਗਾ ਕਿ ਅਸੀਂ ਇਗਨੋਰ ਹੋਣ ਲੱਗ ਗਏ ਪਰ ਦੇਖੋ ਜਿਹੜਾ ਮਹਾਰਾਜਾ ਹੁੰਦਾ ਨਾ ਜੀ ਉਹਦੀ ਫਿਤਰਤ ਹੁੰਦੀ ਆ ਕਿ ਉਹ ਦਰਬਾਰੀਆਂ ਵਿੱਚ ਹੀ ਆਲੇ ਦੁਆਲੇ ਜਿਹੜੇ ਦਰਬਾਰੀ ਆ ਬਿਠਾਈ ਰੱਖਦੇ ਹੁੰਦੇ ਆ ਹਨਾ ਇੱਕ ਜਿਹੜਾ ਇਹਨਾਂ ਦਾ ਅੰਦਰੋਂ ਅੰਦਰੀ ਦੁੱਖ ਉਹ ਇਹ ਵੀ ਆ ਕਿ ਸਾਡੀ ਤਾਂ ਇੰਨੇ ਸਾਲ ਚੰਗੀ ਤਰ੍ਹਾਂ ਪੁੱਗਣ ਨਹੀਂ ਦਿੱਤੀ ਹੈਗੀ ਤੇ ਜਿਹੜੇ ਹੁਣ ਦਰਬਾਰੀ ਇਹਨਾਂ ਦੇ ਨਾਲ ਰਹਿੰਦੇ ਰਹੇ ਆ ਉਹੀ ਹੁਣ ਜਿਹੜੇ ਆ
ਬਿਲਕੁਲ ਇਹ ਮਤਲਬ ਤਣਾਅ ਹੈ ਜਿਹੜਾ ਜਦੋਂ ਤੋਂ ਕੈਪਟਨ ਸਾਹਿਬ ਆਏ ਆ ਉਦੋਂ ਤੋਂ ਹੀ ਰਿਹਾ ਹੈਗਾ ਦਰਬਾਰੀਆਂ ਤੇ ਮੰਤਰੀਆਂ ਦੇ ਵਿਚਾਲੇ ਉਹ ਕਹਿੰਦੇ ਨੇ ਕਿ ਸਾਡੀ ਚੱਲਦੀ ਨਹੀਂ ਤੇ ਕੈਪਟਨ ਸਾਹਿਬ ਇਹਨਾਂ ਦੀ ਸੁਣਦੇ ਨੇ ਅਫਸਰਾਂ ਦੀ ਜੀ ਜੀ ਦੇਖੋ ਤੁਸੀਂ ਹੁਣ ਜਿਹੜੀਆਂ ਐਡੀਆਂ ਵੱਡੀਆਂ ਬਦਲੀਆਂ ਹੋਈਆਂ ਤੁਸੀਂ ਦੇਖਿਆ ਹੋਣਾ ਪਿੱਛੇ ਪ੍ਰਸ਼ਾਸਨ ਪੂਰਾ ਰੱਦੋ ਬਦਲ ਹੋਇਆ ਜੀ ਇਹ ਜਿਹੜਾ ਬਾਗੀ ਧੜਾ ਆ ਜਾਂ ਜਿਹੜੇ ਸਿਆਸੀ ਮਾਹਰ ਆ ਉਹ ਇਹ ਵੀ ਕਹਿ ਰਹੇ ਆ ਕਿ ਜਿਹੜੀਆਂ ਇਹ ਬਦਲੀਆਂ ਕਰਨ ਵੇਲੇ ਜਿਹੜੀ ਸਲਾਹ ਆ ਉਹ ਆਪਣੇ ਮੰਤਰੀਆਂ ਦੀ ਨਹੀਂ ਲਈ ਗਈ ਸਗੋਂ ਆਪਣੇ ਬਾਦਲ ਸਾਹਿਬ ਜਿਹੜੇ ਕੈਪਟਨ ਸਾਹਿਬ ਦੇ ਖਾਸ ਨੇੜੇ ਦੇ ਹੈਗੇ ਆ ਉਹਨਾਂ ਦੀ ਸਲਾਹ ਲਈ ਗਈ ਆ ਅਤੇ ਉਹਨਾਂ ਦੀ ਇੱਛਾ ਅਨੁਸਾਰ ਹੀ ਜਿਹੜਾ ਆ ਉਹ ਬਦਲੀਆਂ ਕੀਤੀਆਂ ਗਈਆਂ ਪਰ ਕੈਪਟਨ ਸਾਹਿਬ ਕਿਤੇ ਨਾ ਕਿਤੇ ਦਿਲ 'ਚ ਇੱਕ ਮਤਲਬ ਆਪਾਂ ਕਹਿ ਲਈਏ ਨਾ ਇਹਨੂੰ ਰੰਜਿਸ਼ ਵੀ ਨਹੀਂ ਕਹਿ ਸਕਦੇ ਕਿਤੇ ਨਾ ਕਿਤੇ ਇੱਕ ਜਿਹੜਾ ਇਹਨਾਂ ਦੇ ਅੰਦਰ ਇੱਕ ਮਤਲਬ ਕਿ ਸੂਈ ਜੇ ਵੀ ਖੜੀ ਆ ਕਿ ਜੇ ਤੁਸੀਂ ਇਹ ਬਗਾਵਤ ਕਰਨ ਲੱਗੇ ਹੋ ਤਾਂ ਤੁਹਾਨੂੰ ਆਉਣ ਮੈਂ ਵੀ ਨਹੀਂ ਦਿੰਦਾ ਮੈਂ ਜਿਹੜਾ ਪਲੋਸ ਕੇ ਕਿਸੇ ਹੋਰ ਨੂੰ ਦੇ ਦੂੰਗਾ ਹਨਾ ਸੋ ਅਸਲ ਲੜਾਈ ਜਿਹੜੀ ਇਹ ਆ ਕਿ ਹੁਣ ਜਿਹੜੇ ਬਾਗੀ ਆ ਉਹ ਇਸ ਗੱਲ 'ਤੇ ਆ ਗਏ ਕਿ ਕੈਪਟਨ ਸਾਹਿਬ ਪੰਜਾਬ 'ਚ ਮੋਹਰੇ ਹੋ ਕੇ ਤੁਰਨ ਅਸੀਂ ਪਿੱਛੇ ਹੋਈਏ ਬਿਲਕੁਲ ਜਿਹੜੇ ਡੰਡੇ ਆ ਉਹ ਉਹਨਾਂ ਨੂੰ ਪੈਣ ਪਰ ਤੇ ਕੈਪਟਨ ਸਾਹਿਬ ਕੀ ਕਰਨਗੇ ਫਿਰ ਕੀ ਲੱਗਦਾ ਤੁਹਾਨੂੰ ਪਰ ਜਿਹੜੀ ਤੁਸੀਂ ਗੱਲ ਕਹੀ ਆ ਇਹ ਮੈਂ ਸੰਜੋਗ ਕਹਿਲਾਂ ਜਾਂ ਕੈਪਟਨ ਸਾਹਿਬ ਦੇ ਥੋੜ੍ਹੇ ਹਾਲਾਤ ਕਹਿਲਾਂ ਇਹ ਮੈਨੂੰ ਪਤਾ ਨਹੀਂ ਕੀ ਹੋਇਆ ਕਿ ਜਿਹੜਾ ਰਾਜੇਵਾਲ ਨੇ ਬਿਆਨ ਦਿੱਤਾ ਉਹਦੇ ਨਾਲ ਕੈਪਟਨ ਸਾਹਿਬ ਨੂੰ ਕਾਫੀ ਰਾਹਤ ਮਿਲਣ ਦੀ ਪੋਸੀਬਿਲਟੀ ਆ ਪਰ ਜੇ ਦੇਖ ਲਈਏ ਬਨਵੈਦ ਸਾਹਿਬ ਹਜੇ ਪਿੰਡਾਂ ਦੇ ਵਿੱਚ ਉਵੇਂ ਹੀ ਮੈਨੂੰ ਲੱਗਦਾ ਨਹੀਂ ਕਿ ਰਾਜੇਵਾਲ ਦੀ ਅਪੀਲ ਦਾ ਕੋਈ ਬਹੁਤਾ ਅਸਰ ਹੋਇਆ ਮਾਨਸਾ ਬਠਿੰਡਾ ਸੰਗਰੂਰ ਪਿੰਡਾਂ ਦੇ ਪਿੰਡ ਨੇ ਜਿਨ੍ਹਾਂ ਨੇ ਬਾਈਕਾਟ ਦੇ ਪੋਸਟਰ ਲਾ ਤੇ ਪਰਸੋਂ ਮੰਗਲਵਾਰ ਨੂੰ ਰਾਜੇਵਾਲ ਸਾਹਿਬ ਇਹ ਅਪੀਲ ਕਰਦੇ ਨੇ ਬਿਆਨ ਦਿੰਦੇ ਨੇ ਤੇ ਕੱਲ੍ਹ ਹੀ ਹੈ ਜਿਹੜਾ ਉਹ ਵਿਰੋਧ ਹੋਇਆ ਹੈਗਾ ਆਮ ਆਦਮੀ ਪਾਰਟੀ ਦੇ ਬਿਲਾਸਪੁਰ ਨੂੰ ਬਹੁਤ ਭਜਾਇਆ ਬਿਲਕੁਲ ਹਾਂਜੀ ਆਪਾਂ ਦੇਖਿਆ ਤਸਵੀਰ ਪਰ ਦੇਖੋ ਹੁਣ ਜਿਹੜਾ ਇਹ ਪਹਿਲੀ ਗੱਲ ਤਾਂ ਹੈ ਕਿ ਰਾਜੇਵਾਲ ਦੀ ਗੱਲ ਪਿੰਡਾਂ 'ਚ ਪਹੁੰਚਣ ਨੂੰ ਸਮਾਂ ਲੱਗਣਾ ਦੂਜੀ ਗੱਲ ਇਹ ਹੈ ਕਿ ਜਿਹੜਾ ਲੋਕ ਆ ਨਾ ਜੀ ਉਹ ਚਾਹੇ ਉਹਨਾਂ ਨੇ ਪੋਸਟਰ ਲਾ ਤੇ ਉਹ ਮਗਰ ਲੱਗ ਹੁੰਦੇ ਪਰ ਉਹਨੇ ਇਹ ਨਹੀਂ ਕਿਹਾ ਕਿ ਤੁਸੀਂ ਇਹਨਾਂ ਵਿਰੋਧ ਨਾ ਕਰੋ ਰਾਜੇਵਾਲ ਨੇ ਇਹ ਕਿਹਾ ਕਿ ਤੁਸੀਂ ਇਹਨਾਂ ਨੂੰ ਕੁਐਸਚਨ ਪੁੱਛੋ ਤੇ ਕੁਐਸਚਨ ਤਾਂ ਸੁਖਵੀਰ ਨੂੰ ਪੁੱਛੇ ਜਾ ਰਹੇ ਆ ਅਗਲੀ ਗੱਲ ਇਹ ਜਿਹੜੀ ਆਪਾਂ ਨੂੰ ਇੱਕ ਗੱਲ ਦੀ ਹੋਰ ਪੜਚੋਲ ਕਰਨੀ ਪਊਗੀ ਕੈਪਟਨ ਸਾਹਿਬ ਜੇ ਪਿੰਡਾਂ 'ਚ ਜਾਂਦੇ ਹੁਣ ਵੋਟਾਂ ਮੰਗਣ ਮੰਨ ਲਈਏ ਤੁਸੀਂ ਇਸ ਗੱਲ ਦਾ ਮਾਰਾ ਕਰੋ ਕਿ ਕੀ ਆਮ ਬੰਦਾ ਇੰਨੀ ਸੁਰੱਖਿਆ ਵਿੱਚ ਸੀਐਮ ਦੇ ਨੇੜੇ ਢੁੱਕ ਕੇ ਉਸ ਤੋਂ ਕੁਐਸਚਨ ਪੁੱਛ ਸਕੂਗਾ ਬਿਲਕੁਲ ਨਹੀਂ ਹਨਾ ਸੋ ਇਸ ਕਰਕੇ ਜਿਹੜਾ ਮੈਨੂੰ ਇਹ ਲੱਗਦਾ ਕਿ ਇੱਕ ਤਾਂ ਜਿਹੜਾ ਉਹਨਾਂ ਦਾ ਸਿਕਿਉਰਿਟੀ ਦਾ ਜਾਲ ਵਿਛਾ ਲਿਆ ਉਹ ਪਲੱਸ ਜੋ ਇਸ ਵੇਲੇ ਰਾਜੇਵਾਲ ਸਮੇਤ ਜਿਹੜੀ ਕੁਝ ਕਿਸਾਨਾਂ ਦੀ ਜਿਹੜੀ ਸੁਰ ਆ ਉਹ ਦੂਜੀਆਂ ਪਾਰਟੀਆਂ ਜਿਹੜੀ ਨਰਮ ਹੋਈ ਆ ਇਹ ਕੈਪਟਨ ਸਾਹਿਬ ਨੂੰ ਕਿਤੇ ਨਾ ਕਿਤੇ ਫਾਇਦਾ ਦੇ ਸਕਦੀ ਆ ਬਿਲਕੁਲ ਤੇ ਨਾਲ ਹੀ ਅਕਾਲੀਆਂ ਨੂੰ ਵੀ ਅਕਾਲੀ ਹੋਣ ਜਾਂ ਫਿਰ ਆਮ ਆਦਮੀ ਪਾਰਟੀ ਵਾਲੇ ਜੇ ਕਿਸਾਨ ਰਾਜੇਵਾਲ ਦੀ ਅਪੀਲ ਨੂੰ ਮੰਨਣ ਇਹ ਤਾਂ ਹੋ ਸਕਦਾ ਕਿਉਂਕਿ ਰਾਜੇਵਾਲ ਨੇ ਨਾਲ ਇਹ ਵੀ ਕਹਿ ਤਾ ਨਾ ਵੀ ਜੇ ਤੁਸੀਂ ਬਾਕੀ ਪਾਰਟੀਆਂ ਦਾ ਵਿਰੋਧ ਕਰਦੇ ਹੋ ਲੀਡਰਾਂ ਦਾ ਵਿਰੋਧ ਕਰਦੇ ਹੋ ਤਾਂ ਉਹ ਤੁਹਾਡਾ ਨਿੱਜੀ ਦੁੱਖ ਹੈ ਪਰ ਮੋਰਚਾ ਇਹਦੀ ਕਾਲ ਨਹੀਂ ਦੇ ਰਿਹਾ ਉਹਨਾਂ ਨੇ ਮਤਲਬ ਰਲਵੀਂ ਮਿਲਵੀਂ ਜਿਹੀ ਗੱਲ ਕਰਤੀ ਜੀ ਬਿਲਕੁਲ ਬਿਲਕੁਲ ਦੂਜੀ ਗੱਲ ਆਪਾਂ ਇਹ ਕਰ ਲਈਏ ਦੇਖੋ ਕੈਪਟਨ ਸਾਹਿਬ ਵੀ ਇਸ ਵੇਲੇ ਜੇ ਆਪਾਂ ਕਹਿ ਲਈਏ ਜਿਵੇਂ ਪਹਿਲਾਂ ਗੱਲ ਕੀਤੀ ਆ ਕਿ ਮੈਂ ਉਹ ਨਿਕਲਣ ਨੂੰ ਤਿਆਰ ਨਹੀਂ ਹੈਗੇ ਹਲੇ ਜੀ ਉਹ ਵੀ ਜਿਹੜੇ ਆਪਣੇ ਦਾਣੇ ਸੁੱਟ ਰਹੇ ਆ ਹਾਈਕਮਾਂਡ ਕੋਲੇ ਜਾਂ ਬਾਗੀਆਂ ਕੋਲੇ ਕਿ ਤੁਸੀਂ ਸਿੱਧੂ ਸਾਹਿਬ ਨੂੰ ਲੈ ਕੇ ਆਏ ਭੇਜੋ ਹੁਣ ਇਹਨਾਂ ਨੂੰ ਦੇਖੋ ਮੈਂ ਤਾਂ ਤੁਹਾਨੂੰ 2017 ਜਿੱਤ ਕੇ ਦੇ ਦਿੱਤੀ ਸੀ ਇਲੈਕਸ਼ਨ ਹੁਣ ਦੇਖੋ ਤੁਹਾਨੂੰ ਸਿੱਧੂ ਸਾਹਿਬ ਜਿਤਾ ਕੇ ਦਿੰਦੇ ਕਿ ਨਹੀਂ ਦਿੰਦੇ ਤਾਂ ਹੀ ਉਹ ਚੁੱਪ ਬੈਠੇ ਤੇ ਇੱਧਰ ਨਵਜੋਤ ਸਿੰਘ ਸਿੱਧੂ ਕਿਉਂ ਚੁੱਪ ਜੇ ਹੋ ਗਏ ਉਹ ਇਸੇ ਕਰਕੇ ਜੀ ਕਿ ਨਵਜੋਤ ਸਿੰਘ ਸਿੱਧੂ ਨੂੰ ਪਹਿਲੀ ਗੱਲ ਤਾਂ ਹੁਣ ਇੱਕ ਲੇਟੈਸਟ ਖਬਰ ਆਈ ਆ ਆਪਾਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਹੀ ਖਬਰ ਆਈ ਆ ਕਿ ਹਾਈਕਮਾਂਡ ਨੇ ਇਸ਼ਾਰਾ ਦੇ ਦਿੱਤਾ ਕਿ ਨਵਜੋਤ ਸਿੰਘ ਸਿੱਧੂ ਦੇ ਦੋ ਸਲਾਹਕਾਰ ਆ ਪਿਆਰ ਲਾਲ ਗਰਗ ਤੇ ਮਾਲੀ ਮਟਾਇਆ ਜਾ ਰਿਹਾ ਇਹਨਾਂ ਦੀ ਛੁੱਟੀ ਕਿਸੇ ਵੇਲੇ ਵੀ ਸੰਭਵ ਹੋ ਸਕਦੀ ਆ ਸੋ ਨਵਜੋਤ ਸਿੰਘ ਸਿੱਧੂ ਜਿਹੜੇ ਆ ਪਹਿਲੀ ਗੱਲ ਤਾਂ ਇਹ ਕਿ ਸਲਾਹਕਾਰਾਂ ਨੂੰ ਲੈ ਕੇ ਬੁਰੀ ਤਰ੍ਹਾਂ ਘਿਰ ਗਏ ਫਿਰ ਦੇਖੋ ਇੱਕ ਹਾਈ ਕਮਾਂਡ ਤੋਂ ਨਵਜੋਤ ਸਿੰਘ ਸਿੱਧੂ ਨੂੰ ਵੀ ਸੁਨੇਹਾ ਆਉਣਾ ਦੋ ਤਰ੍ਹਾਂ ਦੇ ਸੁਨੇਹੇ ਆਏ ਆ ਜੀ ਇੱਕ ਤਾਂ ਇਹ ਸੁਨੇਹਾ ਆਇਆ ਕਿ ਤੂੰ ਹਾਈ ਕਮਾਂਡ ਨੂੰ ਪੁੱਛ ਤੋਂ ਬਿਨਾਂ ਲਾਏ ਕਿਵੇਂ ਅੱਛਾ ਇੱਕ ਤਾਂ ਇਹ ਤੇ ਅਗਲੀ ਲਾਈਨ ਇਹ ਆ ਕਿ ਇਹ ਬੰਦੇ ਜਦੋਂ ਪਾਰਟੀ ਨਾਲ ਸੰਬੰਧਿਤ ਨਹੀਂ ਹੈਗੇ ਫਿਰ ਤੈਨੂੰ ਇਹਨਾਂ ਨੂੰ ਲੋੜ ਦੀ ਲੋੜ ਕੀ ਪਈ ਸੀ ਅੱਛਾ ਦੂਜਾ ਇਹ ਕਿਹਾ ਗਿਆ ਕਿ ਤੂੰ ਲਗਾਮਾ ਕੱਸ ਕੇ ਰੱਖ ਸੋ ਨਵਜੋਤ ਸਿਨੇਹਾ ਮਤਲਬ ਆ ਚੁੱਕਿਆ ਜੀ ਆ ਚੁੱਕਾ ਇਹ ਬਿਲਕੁਲ ਜੀ ਬਿਲਕੁਲ ਇਹ ਸੁਨੇਹਾ ਆ ਚੁੱਕਾ ਔਰ ਜਿਹੜਾ ਅੱਜ ਤਾਜ਼ਾ ਸੁਨੇਹਾ ਆ ਉਹ ਇਹ ਆ ਕਿ ਇਹ ਜਿਹੜੇ ਦੋ ਸਲਾਹਕਾਰ ਆ ਇਹਨਾਂ ਦੀ ਛੁੱਟੀ ਦੇ ਜਿਹੜੇ ਆ ਉਹ ਕਾਫੀ ਸੰਕੇਤ ਮਿਲ ਗਏ ਕਿਉਂਕਿ ਅਦਰਵਾਈਜ਼ ਜਿਹੜੀਆਂ ਵਿਰੋਧੀ ਪਾਰਟੀਆਂ ਨਾ ਜੀ ਮੈਂ ਜੋ ਸੂਤਰ ਜਾਂ ਦੱਸਦੇ ਆ ਕਿ ਬੀਜੇਪੀ ਵੀ ਇਸ ਰੌਂ ਵਿੱਚ ਆ ਕਿ ਸ਼ਾਇਦ ਇਹਨਾਂ ਦੇ ਖਿਲਾਫ਼ ਜੇ ਇਹ ਨਹੀਂ ਹਟਦੇ ਤਾਂ ਜਿਹੜਾ ਉਹ ਹੈਗਾ
ਕਿਉਂਕਿ ਜਦੋਂ ਸਿੱਧੂ ਦੇ ਨਾਲ ਦੋਵਾਂ ਦੀ ਮੀਟਿੰਗ ਹੋਈ ਹੈ ਉਸ ਤੋਂ ਬਾਅਦ ਗਰਗ ਨੇ ਤਾਂ ਕੋਈ ਇਹੋ ਜਿਹਾ ਬਿਆਨ ਦਿੱਤਾ ਨੀ ਪਿਆਰੇ ਲਾਲ ਨੇ, ਪਰ ਮਾਲਵਿੰਦਰ ਸਿੰਘ ਮਾਲੀ ਉਹ ਤਾਂ ਰੋਜ਼ ਸਿੱਧਾ ਕੈਪਟਨ ਨੂੰ ਘੜੀਸਦੇ। ਬਿਲਕੁਲ ਜੀ, ਬਿਲਕੁਲ ਬਿਲਕੁਲ। ਦੇਖੋ ਇਹ ਇਹ ਵੀ ਇੱਕ ਮੈਂ ਕਹਿਣ ਲੱਗ ਕਹਿ ਸਕਦਾ ਵੀ ਇੱਕ ਹਲਕਾਪਨ ਜਿਹਾ ਆ, ਹਨਾ, ਤੁਸੀਂ ਇਹ ਰੋਜ਼ ਦੀ ਰੋਜ਼ ਜਿਹੜੇ ਆ ਨਿੱਤ ਨਵੇਂ ਬਿਆਨ ਲੱਗੀ ਜਾਓ, ਔਰ ਉਹ ਬੜੇ ਬਹੁਤ ਗੱਲਾਂ ਦੇ ਜਿਹਨਾਂ ਦੇ ਕੋਈ ਇਸ ਵੇਲੇ ਜਾਂ ਇਸ ਜਿਹੜਾ ਸੰਕਟ ਆ ਉਹਦੇ ਨਾਲ ਕੋਈ ਸੰਬੰਧਿਤ ਕੋਈ ਸਿਰ ਪੈਰ ਨਹੀਂ ਹੈਗੇ। ਸੋ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਵੀ ਇਸ ਵੇਲੇ ਆਪਣੇ ਆਪ ਨੂੰ ਜਿਹੜਾ ਆ ਉਹ ਬੰਦ ਕਰਕੇ ਬਹਿ ਗਏ। ਅੱਛਾ, ਇਹਦਾ ਕੀ ਕਾਰਨ ਕੀ ਹੋ ਸਕਦਾ? ਦੱਸਤਾ ਜੀ ਇਹੀ ਕਾਰਨ ਜੀ, ਇੱਕ ਤਾਂ ਜਿਹੜਾ ਆ ਉਹਨਾਂ ਨੂੰ ਸਲਾਹਕਾਰਨ ਬੜੀ ਨਮੋਸ਼ੀ ਆਈ ਆਈ ਹੈ। ਦੂਜਾ ਇਹ ਕਿ ਜਿਹੜਾ ਉਹਨਾਂ ਦਾ ਬਾਗੀ ਧੜਾ ਆ ਉਹ ਵੀ ਇਹ ਗੱਲ ਨੂੰ ਉਹਨਾਂ ਨੂੰ ਸੁਝਾਅ ਦੇ ਰਿਹਾ ਕਿ ਜੇ ਡੰਡੇ ਜਿਵੇਂ ਆਪਾਂ ਕਹਿੰਦੇ ਹੁੰਦੇ ਖਾਣ ਪੀਣ ਨੂੰ, ਹਨਾ, ਅਤੇ ਡੰਡੇ ਖਾਣ ਨੂੰ ਰਿਛ, ਹਾਂ, ਉਹ ਹੁਣ ਕਹਿੰਦੇ ਵੀ ਤੁਸੀਂ ਜਿਸ ਬੰਦੇ ਨੇ 4 ਸਾਲ ਜਿਹੜੇ ਆ ਐਸ਼ੋਸ਼ਤ ਲਈ ਆ ਉਸ ਬੰਦੇ ਨੂੰ ਵੀ ਹੁਣ ਨਜ਼ਾਰੇ ਦੇਖਣ ਤੋਂ ਜਾ ਕੇ, ਹਨਾ, ਵਿੱਚ ਇਸ ਦੂਜੀ ਮਤਲਬ ਨਿਬੇੜਾ ਜਿਹੜਾ ਉਹ ਹਾਈਕਮਾਨ ਨੂੰ ਹੀ ਕਰਨਾ ਪਊਗਾ ਫਿਰ, ਕਿਉਂਕਿ ਉੱਧਰ ਚਲੀ ਗਈ ਹੈ ਗੇਂਦ। ਜਿਹੜੇ ਬਾਗੀ ਸੀ ਉਹ ਜਾ ਕੇ ਦੇਹਰਾਦੂਨ ਹਰੀਸ਼ ਰਾਵਤ ਨੂੰ ਮਿਲੇ ਨੇ, ਹਰੀਸ਼ ਰਾਵਤ ਹੁਣ ਸੁਨੇਹਾ ਲੈ ਕੇ ਹਾਈਕਮਾਨ ਜਾਣਗੇ। ਉਹਨਾਂ ਨੇ ਕਿਹਾ ਕਿ ਮੈਂ ਇੰਨੀ ਛੇਤੀ ਨਹੀਂ ਜਾਊਂਗਾ, ਜੇ ਮੈਨੂੰ ਬੁਲਾਊਗੇ ਤਾਂ ਜਾਊਂਗੇ, ਤੇ ਉਹਨਾਂ ਨੇ ਕਿਹਾ ਜੇ ਬੁਲਾਉਣ ਤੇ ਮੈਂ ਜਾਊਂਗਾ ਤੇ ਜੇ ਲੋੜ ਪਈ ਇਹਨਾਂ ਨੂੰ ਬੁਲਾਊਂਗਾ। ਪਰ ਤੁਸੀਂ ਇੱਕ ਗੱਲ ਦੇਖੋ ਨਾ ਜੀ, ਜਿਹੜੇ ਪਿਛਲੇ ਦਿਨਾਂ ਵਿੱਚ ਬਾਗੀਆਂ ਦੇ ਜਿਹੜੇ ਸਵਾਲ ਮਤਲਬ ਕਿ ਬਦਲ ਰਹੇ ਆ, ਪਹਿਲਾਂ ਸਵਾਲ ਤਾਂ ਇਹ ਸੀ ਕਿ ਇਹ ਸਾਨੂੰ ਸੀਐਮ ਨਹੀਂ ਚਾਹੀਦਾ, ਬਿਲਕੁਲ ਸੀ, ਹਨਾ, ਹੁਣ ਇਹ ਆ ਗਿਆ ਕਿ ਸੀਐਮ ਸਾਹਿਬ ਬਾਹਰ ਨਿਕਲਣ ਤੇ ਲੋਕਾਂ ਨੂੰ ਜਵਾਬ ਦੇਣਾ। ਦੇਖੋ ਇਸ ਗੱਲ ਨੂੰ ਕਿਸੇ ਹੱਦ ਤੱਕ ਆਪਾਂ ਜਿਵੇਂ ਪਹਿਲਾਂ ਕਿਹਾ ਕਿ ਉਹਨਾਂ ਨੇ ਵੀ ਜ਼ਿੰਮੇਵਾਰੀ ਬਣਦੀ ਆ, ਪਰ ਕਿਸੇ ਹੱਦ ਤੱਕ ਉਹ ਸੱਚੇ ਤਾਂ ਹੈਗੇ ਆ, ਹਨਾ, ਕਿ ਕਾਫੀ ਜਿਹੜਾ ਸਰਕਾਰ ਕੈਪਟਨ ਸਾਹਿਬ ਦੇ ਮੁੱਖ ਮੰਤਰੀ ਹੁੰਦਿਆਂ ਕਾਫੀ ਸਾਰਾ ਘਾਲਾ ਮਾਲਾ ਤਾਂ ਇਹਨਾਂ ਸਾਰੇ ਵਿੱਚ ਹੀ ਹੋਇਆ, ਚਾਹੇ ਉਹ ਜਿਹੜਾ ਆ ਤੁਸੀਂ ਰੁਜ਼ਗਾਰ ਮੇਲੇ ਕਹਿ ਲਈਏ, ਚਾਹੇ ਬੇਅਦਬੀ ਵਾਲੇ ਕਾਰਨ ਕਹਿ ਲਈਏ, ਚਾਹੇ ਨਸ਼ੇ ਵਾਲੇ ਕਹਿ ਲਈਏ। ਹੁਣ ਤੁਸੀਂ ਤੁਹਾਨੂੰ ਮੈਂ ਇੱਕ ਤੁਹਾਡੇ ਧਿਆਨ 'ਚ ਗੱਲ ਹੋਣੀ ਆ ਕਿ ਕੱਲ ਇੱਕ ਮਾਮਲਾ ਜਿਹੜਾ ਕੋਰਟ ਨੇ CBI ਨੂੰ ਦਿੱਤਾ ਕਿ ਟਰਾਮਾ ਡੋਲ ਦੀਆਂ 12 ਲੱਖ ਗੋਲੀਆਂ ਅੰਮ੍ਰਿਤਸਰ ਵਿੱਚ ਕਿਤੇ ਖੁਰਦਬੁਰਦ ਹੋ ਗਈਆਂ ਸੀ, ਤੁਹਾਡੇ ਧਿਆਨ 'ਚ ਹੋਣਾ ਜੀ ਜੀ ਜੀ, ਹਨਾ, ਬਿਲਕੁਲ ਹੋ ਗਿਆ। ਸੋ ਇਹ ਜਿਹੜੇ ਸਾਰੇ ਘਾਲੇ ਮਾਲੇ ਹੋਏ ਆ ਨਾ ਜੀ, ਇਹਨਾਂ ਲਈ ਸਿੱਧੇ ਤੌਰ 'ਤੇ ਜਿਹੜਾ ਮੁੱਖ ਮੰਤਰੀ ਹੀ ਜ਼ਿੰਮੇਵਾਰ ਆ, ਬਿਲਕੁਲ ਮੁੱਖ ਮੰਤਰੀ ਦੀ ਜਵਾਬਦੇਹੀ ਬਣਦੀ ਹੈ ਜੀ, ਜ਼ਿੰਮੇਵਾਰੀ ਹੈ। ਪਰ ਮੈਨੂੰ ਇਹ ਲੱਗਦਾ ਕਿ ਜਿਹੜਾ ਇਸ ਸੰਕਟ ਦਾ ਹੱਲ ਹੋਣਾ ਇਹ ਕੋਈ ਪਾਰਟੀ ਵੀ ਹੋਵੇ ਇਹ ਉਦੋਂ ਹੀ ਹੋਊਗਾ ਜਦੋਂ ਇਹ ਸਾਰੇ ਇਕੱਠੇ ਹੋਣਗੇ, ਇਹ ਇੱਕ ਸੁਰ ਹੋ ਜਾਣਗੇ। ਅਦਰਵਾਈਜ਼ ਮੈਨੂੰ ਇਹ ਲੱਗਦਾ ਕਿ ਜਿਹੜੀ ਅਗਲੀ ਸਰਕਾਰ ਆ ਬਹੁਤੇ ਜੋ ਹਾਲਾਤ ਆ ਉਹ ਚਾਹੇ ਥਾਲੀ 'ਚ ਪਰੋਸ ਕੇ ਸੁਖਬੀਰ ਸਿੰਘ ਬਾਦਲ ਨੂੰ ਦੇ ਦੇਣਾ ਚਾਹੇ ਆਮ ਆਦਮੀ ਪਾਰਟੀ ਨੂੰ। ਪਰ ਮੈਂ ਸੁਖਬੀਰ ਸਿੰਘ ਬਾਦਲ ਦਾ ਨਾਂ ਪਹਿਲਾਂ ਤਾਂ ਲਿਆ ਕਿਉਂਕਿ ਸੁਖਬੀਰ ਬਾਦਲ ਹੁਣੀ ਕਾਫੀ ਅੱਗੇ ਨੂੰ ਗੇਨ ਕਰ ਰਹੇ ਆ, ਗੇਨ ਕਰ ਐਕਟਿਵ ਕਾਫੀ ਨੇ ਤੇ ਨਾਲੇ ਇਹ ਹੈ ਕਿ ਚਿਹਰੇ ਨੇ ਜਿਹੜੇ ਉਹਦੇ ਵਿੱਚ ਕੋਈ ਦਿੱਕਤ ਨਹੀਂ ਹੈ। ਦੇਖੋ 2-3 ਗੱਲਾਂ ਇਹ 'ਚ, ਇੱਕ ਤਾਂ ਇਹ ਆ ਕਿ ਸੁਖਬੀਰ ਬਾਦਲ ਦਾ ਜਿਹੜਾ ਸ਼ਬਦ ਆ ਨਾ ਜੀ ਉਹ ਅੰਤਮ ਆ, ਉਹਨੂੰ ਕੋਈ ਦਿੱਲੀਓਂ ਜਾਂ ਕਿਤੇ ਹੋਰ ਜਿਹੜੀ ਆ ਉਹ ਇਸ਼ਾਰਾ ਲੈਣ ਦੀ ਲੋੜ ਨਹੀਂ ਹੈਗੀ। ਤੁਸੀਂ ਦੇਖੋ ਇਸੇ ਨੂੰ ਕਹਿ ਕੇ ਉਹ ਆਪਦਾ ਮਤਲਬ ਖੱਟਣ ਦੀ ਵੀ ਕੋਸ਼ਿਸ਼ ਕਰਦੇ ਨੇ ਵੀ ਸਾਨੂੰ ਦਿੱਲੀਓਂ ਆਰਡਰ ਨਹੀਂ ਆਉਂਦੇ ਜੀ। ਦੇਖੋ ਤੁਸੀਂ ਮੈਨੂੰ ਇੱਕ ਦੇਖ ਲਓ ਉਦਾਹਰਣ ਜੀ, ਸੁਖਬੀਰ ਸਿੰਘ ਬਾਦਲ ਜਿੱਥੇ ਜਾਂਦੇ ਆ ਉੱਥੇ ਕੈਂਡੀਡੇਟ ਅਨਾਊਂਸ ਕਰਾਉਂਦੇ ਆ, ਉਹਨਾਂ ਨੇ ਤਾਂ ਕਦੇ ਸਲਾਹ ਨਹੀਂ ਮਸ਼ਵਰਾ ਕੀਤਾ ਤੁਹਾਡੇ ਬਲਵਿੰਦਰ ਸਿੰਘ ਭੁੰਦੜ ਨਾਲ, ਸਕੱਤਰ ਜਨਰਲ ਆ, ਕਿਸੇ ਹੋਰ ਨਾਲ, ਇਹ ਤਾਂ ਕੁਛ ਨਹੀਂ ਕਰ ਰਹੇ ਜੀ। ਔਰ ਦੂਜੀ ਇੱਕ ਜਿਹੜੀ ਇਹਨਾਂ ਨੂੰ ਹੋਰ ਫਾਇਦਾ ਹੋ ਰਿਹਾ ਨਾ ਜੀ ਉਹ ਇਹ ਕਿ ਇਹਨਾਂ ਨੇ BJP ਨੂੰ ਬੜੀ ਵੱਡੀ ਢਾਹ ਲਾਈ ਆ ਜੀ, ਚਾਹੇ ਉਹਦੇ ਬਾਰੇ ਜਿਹੜਾ BJP ਨੂੰ ਢਾਹ ਲਾਈ ਆ ਉਹਦੇ ਬਾਰੇ ਵੀ 2 ਤਰ੍ਹਾਂ ਦੀਆਂ ਚਰਚਾਵਾਂ ਚੱਲਣ ਲੱਗੀਆਂ ਕਿ BJP ਨਾਲ ਹਾਲੇ ਵੀ ਸੁਖਬੀਰ ਦਾ ਗੱਠ ਜੋੜਿਆ ਤੇ BJP ਜਾਣ ਕੇ ਉਧਰ ਸ਼ਾਮਿਲ ਹੋ ਰਹੀ ਆ। ਪਰ ਜਿਵੇਂ ਵੀ ਕਹਿ ਲਈਏ ਇਹ ਆ ਕਿ ਜਿਹੜਾ ਸੁਖਬੀਰ ਆ ਉਹ ਗੇਨ ਕਰ ਰਿਹਾ ਤੇ ਜਿਹੜੀ ਇੱਕ ਹੋਰ ਵੱਡੀ ਧਿਰ ਆਮ ਆਦਮੀ ਪਾਰਟੀ ਆ ਉਹ ਮੈਨੂੰ ਲੱਗਦਾ ਜਿਹੜੀ ਆ ਚਾਹੇ ਉਹਦੇ ਜਿਹੜੀ ਲੋਕਾਂ ਦੀ ਭੀੜ ਵੱਧ ਰਹੀ ਆ ਪਰ ਉਸ ਭੀੜ ਨੂੰ ਸੰਭਾਲ ਕੇ ਰੱਖਣ ਵਾਲਾ ਇਹਨਾਂ ਕੋਲ ਨੇਤਾ ਜਿਹੜਾ ਜਾਂ ਕੋਈ ਨਹੀਂ ਹੈ। ਦੇਖੋ ਆਪਾਂ ਚਾਹੇ ਲੋਕ ਕਹਿ ਲੈਣ ਭਗਵੰਤ ਮਾਨ ਜਿਹੜਾ CM ਦਾ ਚਿਹਰਾ ਆ, ਪਰ ਮੈਂ ਇੱਕ ਪਿੱਛੇ ਜਿਹਾ ਕੱਲ ਵੀ ਸ਼ਾਇਦ ਜ਼ਿਕਰ ਕੀਤਾ ਸੀਗਾ ਕਿ ਮੈਂ ਕੋਈ ਖਬਰ ਪੜ੍ਹੀ ਸੀ ਉੱਥੇ ਅਖਬਾਰ ਦਾ ਨਾਂ ਨਹੀਂ ਸੀ ਲਿਖਿਆ ਹੋਇਆ ਪਰ ਉਸ ਖਬਰ 'ਚ ਲਿਖਿਆ ਹੋਇਆ ਸੀ ਕਿ ਕੇਜਰੀਵਾਲ ਨੇ ਕਿਹਾ, ਉਹਦਾ ਹੈਡਿੰਗ ਇਹ ਸੀਗਾ, ਕੇਜਰੀਵਾਲ ਨੇ ਕਿਹਾ ਭਗਵੰਤ CM ਬਣਨ ਕੇ ਸਮਰੱਥ ਨਹੀਂ, ਹਨਾ। ਦੂਜੇ ਬੰਨੇ ਦੇਖੋ ਜਿਹੜੀ ਆਹ ਇੱਕ ਹੋਰ ਚਰਚਾ ਆ ਕਿ ਅੱਜ ਕੇਜਰੀਵਾਲ ਹੁਣੀ ਆਏ ਆ ਪਿੰਡ ਸੇਵਾ ਸਿੰਘ ਸੇਖਵਾਂ ਦੇ ਤੇ ਉਸ ਤੋਂ ਪਹਿਲਾਂ ਵਿਰੋਧ ਹੋਇਆ ਜੀ, ਮੰਗ ਉੱਠੀ ਹੈ, ਬਿਲਕੁਲ ਜੀ। ਪਰ ਸੇਵਾ ਸਿੰਘ ਸੇਖਵਾਂ ਦੇ ਘਰ ਆਉਣਾ ਬਹੁਤ ਵੱਡੇ ਅਰਥ ਰੱਖਦਾ, ਬਹੁਤ ਵੱਡੇ ਅਰਥ ਰੱਖਦਾ। ਦੂਜੀ ਗੱਲ ਇਹ ਕਿ ਮੈਂ ਵੀ ਸੇਵਾ ਸਿੰਘ ਸੇਖਵਾਂ ਨਾਲ ਕਾਫੀ ਨੇੜੇ ਦਾ ਵਾਸਤਾ ਰਿਹਾ ਕਿਉਂਕਿ ਖਬਰਾਂ ਖੁਰਾਂ ਕਰਨ ਵੇਲੇ
ਸੇਵਾ ਸਿੰਘ ਸੇਖਵਾਂ ਦਾ ਕੱਦ ਚਾਹੇ ਨਹੀਂ ਹੈ ਪਰ ਅਰਵਿੰਦ ਕੇਜਰੀਵਾਲ ਨੂੰ 12 ਖਾ ਜਾਣਗੇ ਕਿਉਂਕਿ ਉਹਨਾਂ ਦੀ ਰੀੜ੍ਹ ਦੀ ਹੱਡੀ 'ਚ ਬਹੁਤਾ ਦਮ ਦੁਮ ਨਹੀਂ ਦਮ ਨਹੀਂ ਹੈਗਾ ਬਿਲਕੁਲ ਬਿਲਕੁਲ ਉਹ ਇੱਕ ਰਬੜ ਸਟੈਂਪ ਦੀ ਤਰ੍ਹਾਂ ਚੱਲਣਗੇ ਸੋ ਰਲਾ ਮਿਲਾ ਕੇ ਜਿਹੜੀ ਇਸ ਵੇਲੇ ਆ ਗੱਲ ਕਾਂਗਰਸ ਅਤੇ ਅਕਾਲੀਆਂ ਵਿੱਚ ਆ ਕੇ ਨਿਬੜਦੀ ਆ ਹਾਲ ਦੀ ਘੜੀ ਪਰ ਜੇ ਜਿਹੜੇ ਆ ਜਿਵੇਂ ਆਪਾਂ ਦੇਖੋ ਹਰੀਸ਼ ਰਾਵਤ ਨੇ ਕੱਲ੍ਹ ਕਿਹਾ ਸੀਗਾ ਕਿ ਜੇ ਘਰ ਦਾ ਮੁਖੀਆ ਕੋਈ ਗਲਤੀ ਕਰ ਬੈਠੇ ਤਾਂ ਮੁਖੀਆ ਨੂੰ ਘਰੋਂ ਬਾਹਰ ਨਹੀਂ ਕੱਢ ਦਿੰਦੇ ਮਤਲਬ ਇਹ ਨਹੀਂ ਹੁੰਦਾ ਵੀ ਘਰ ਟੁੱਟ ਗਿਆ ਘਰ ਟੁੱਟ ਗਿਆ ਅਤੇ ਸੋ ਇਹ ਜਿਹੜਾ ਕੁੱਲ ਰਲਾ ਮਿਲਾ ਕੇ ਜਿਹੜਾ ਇਸ਼ਾਰਾ ਆ ਉਹ ਰਲ ਕੇ ਚੱਲਣ ਵਾਲਾ ਆ ਪਰ ਦੇਖੋ ਜਿਹੜਾ ਚਾਹੇ ਰਾਜੇਵਾਲ ਨੇ ਬਿਆਨ ਦੇ ਦਿੱਤਾ ਚਾਹੇ ਹੋਰ ਇਸ਼ਾਰੇ ਆਉਣ ਲੱਗੇ ਆ ਪਰ ਜੋ ਇੱਕ ਉਮੀਦ ਕਿਸਾਨ ਅੰਦੋਲਨ ਲੋਕਾਂ ਵਿੱਚ ਜਗਾਈ ਆ ਹਨਾ ਉਹ ਜਿਹੜਾ ਲੋਕਾਂ ਦਾ ਡੰਡਾ ਆ ਨਾ ਜੀ ਉਹ ਖੁੰਡਾ ਜਿਹੜਾ ਪਹਿਲਾਂ ਕੈਪਟਨ ਹੁੰਦਾ ਸੀ ਲੋਕਾਂ ਹੱਥ ਆ ਗਿਆ ਉਹ ਇਸ ਵੇਲੇ ਪੂਰੀ ਤਰ੍ਹਾਂ ਖੜਕ ਰਿਹਾ ਪੂਰੀ ਤਰ੍ਹਾਂ ਖੜਕ ਜਿਹੜੀ ਸਿਆਸੀ ਪਾਰਟੀ ਆ ਨਾ ਜੀ ਉਹਨਾਂ ਨੂੰ ਇਸ ਵੇਲੇ ਜਿਹੜੀ ਆ ਉਹ ਭੱਜਣ ਦੀ ਪਈ ਹੋਈ ਹੈ ਚਾਹੁੰਦੇ ਵੀ ਆ ਕਿ ਲੋਕਾਂ ਵਿੱਚ ਜਾਈਏ ਪਰ ਜਿਹੜਾ ਹੀਆ ਕੋਈ ਵੀ ਨਹੀਂ ਕਰ ਰਿਹਾ ਹਿੰਮਤ ਕਿਸੇ ਦੀ ਵੀ ਨਹੀਂ ਹੈਗੀ ਜਿਵੇਂ ਬਨਵੈਸ ਸਾਹਿਬ ਨੇ ਕਿਹਾ ਕਿ ਖੁੰਡਾ ਜਿਹੜਾ ਇਸ ਵਾਰੀ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਵਿੱਚ ਜਿਹੜਾ ਹੁੰਦਾ ਸੀ ਉਹ ਹੁਣ ਲੋਕਾਂ ਦੇ ਹੱਥ ਵਿੱਚ ਹੈ ਵੋਟਰਾਂ ਦੇ ਹੱਥ ਵਿੱਚ ਹੈ ਚਾਹੇ ਅਕਾਲੀ ਦਲ ਹੋਵੇ ਕਾਂਗਰਸ ਹੋਵੇ ਜਾਂ ਫਿਰ ਆਮ ਆਦਮੀ ਪਾਰਟੀ ਜਾਂ ਫਿਰ ਹੋਰ ਜਿਹੜੀਆਂ ਧਿਰਾਂ ਨੇ ਉਹ ਹੁਣ ਅਸਲੀ ਫੈਸਲਾ ਜਿਹੜਾ ਉਹ ਪੰਜਾਬ ਦੇ ਲੋਕਾਂ ਨੇ ਕਰਨਾ ਅਤੇ ਇਸ ਵਾਰੀ ਸਥਿਤੀ ਹੈ ਜਿਹੜੀ ਬੜੀ ਗੁੰਝਲਦਾਰ ਬਣੀ ਹੋਈ ਹੈ ਲੀਡਰਾਂ ਨੂੰ ਵੀ ਸ਼ਾਇਦ ਨੀਂਦ ਨਹੀਂ ਆਉਂਦੀ ਹੋਣੀ ਰਾਤਾਂ ਨੂੰ ਕਿ ਐਤਕੀ ਹੋਊਗਾ ਕੀ ਕਿਸਾਨਾਂ ਦੇ ਇਸ ਸੰਘਰਸ਼ ਦੇ ਦਰਮਿਆਨ ਜੋ ਜਾਗਰੂਕਤਾ ਆਈ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਜੋ ਬਦਲਾਅ ਆਇਆ ਹੈ ਇਹ ਬਦਲਾਅ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਦਾ ਬਾਈਕਾਟ ਕੀਤਾ ਜਾ ਰਿਹਾ ਤਾਂ ਇਹਦੇ ਵਿੱਚ ਸਵਾਲ ਹੈ ਕਿ ਆਖਿਰਕਾਰ ਲੋਕ ਫਿਰ ਚੁਣਨਗੇ ਕਿਹਨੂੰ ਸੋ ਬਹੁਤ ਹੀ ਜਿਹੜਾ ਇੱਕ ਆਪਾਂ ਕਹਿ ਸਕਦੇ ਹਾਂ ਕਿ ਸਿਆਸੀ ਪਾਰਟੀਆਂ ਦੇ ਲਈ ਇੱਕ ਕਸੂਤਾ ਜਿਹੜਾ ਮਾਹੌਲ ਬਣਿਆ ਹੋਇਆ ਨਾ ਲੋਕਾਂ ਵਿੱਚ ਜਾ ਸਕਦੇ ਨੇ ਅਤੇ ਨਾ ਹੀ ਘਰੇ ਬੈਠੇ ਰਹਿ ਸਕਦੇ ਨੇ ਅੱਧ ਵਿਚਾਲੇ ਫਸੇ ਹੋਏ ਨੇ ਅਤੇ ਹੁਣ ਦੇਖਦੇ ਹਾਂ ਕਿ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਗੱਲ ਕਿੱਥੇ ਕੁ ਨਿਬੜਦੀ ਸ਼ਰਮ ਜੀ ਪੁਰਾਣੇ ਜ਼ਮਾਨੇ 'ਚ ਮੈਂ ਆਪਣੀ ਮਦਰ ਨਾਲ ਬਹੁਤ ਵਾਰੀ ਘੜੇ ਲੈਣ ਜਾਂਦਾ ਹੁੰਦਾ ਸੀ ਜੀ ਅੱਛਾ ਅਤੇ ਮਦਰ ਸਾਰੇ ਘੜੇ ਤਾਂ ਕੱਚੇ ਰੱਖੇ ਹੁੰਦੇ ਸੀਗੇ ਪਰ ਉਹ ਮਦਰ ਟਣਕਾ ਕੇ ਦੇਖ ਲੈਂਦੇ ਸੀਗੇ ਬਿਲਕੁਲ ਕਿਹੜਾ ਥੋੜ੍ਹਾ ਵਧੇਰੇ ਮਜ਼ਬੂਤ ਆ ਅਤੇ ਇਸ ਵਾਰੀ ਲੋਕਾਂ ਨੂੰ ਨਾ ਜਿਹੜਾ ਉਹ ਜਿਹੜੀ ਹੈਗੇ ਆ ਘੜਾ ਆ ਨਾ ਜੀ ਉਹ ਜ਼ਰੂਰ ਟਣਕਾਉਣਾ ਲੈਣਾ ਚਾਹੀਦਾ ਪਰ ਮੈਂ ਇੱਕ ਗੱਲ ਜਿਹੜੀ ਆ ਉਹ ਜੋ ਇੱਕ ਜਾਗਰੂਕ ਦਿਮਾਗ ਜਿਹੜਾ ਆ ਹਨਾ ਸੁਚੇਤ ਮਨ ਜਿਹੜਾ ਆ ਉਹ ਇਹ ਜ਼ਰੂਰ ਕਹਿੰਦਾ ਕਿ ਜਿੰਨੀ ਕੁ ਬੁਰੀ 4.5 ਸਾਲਾਂ ਵਿੱਚ ਚਾਹੇ ਆਪਾਂ ਸਿੰਗਲੇ ਦੇ ਘਰ ਕਹਿ ਲਈਏ ਚਾਹੇ ਆਪਾਂ ਕਹਿ ਲਈਏ ਮਨਪ੍ਰੀਤ ਬਾਦਲ ਦੇ ਦੁਆਰ 'ਤੇ ਚਾਹੇ ਅਮਰਿੰਦਰ ਦੇਖੋ ਅਮਰਿੰਦਰ ਵੈਸੇ ਤਾਂ ਸਰਕਾਰੀ ਰਹਿਸ਼ 'ਚ ਰਹੇ ਨਹੀਂ ਰਹੇ ਸੀਸਮਾ ਰਹਿੰਦੇ ਸੀ 1.5 ਕਿਲੋਮੀਟਰ ਦੂਰ ਬੈਰੀਅਰ ਲੱਗੇ ਹੋਏ ਆ ਚਾਹੇ ਉਹਨਾਂ ਨੂੰ ਉੱਥੇ ਸਿਰ ਪੜਵਾਉਣੇ ਪਏ ਆ ਉਹ ਜਿਹੜਾ ਮਤਲਬ ਕਿ ਉਹਨਾਂ ਦੇ ਮਨ ਵਿੱਚ ਹਿਰਖ ਆ ਰੋਸ ਆ ਉਹ ਜਿਹੜਾ ਬਾਹਰ ਆ ਹੁਣ ਕੱਢਣ ਦਾ ਵੇਲਾ ਆ ਬਿਲਕੁਲ ਉਹ ਜ਼ਰੂਰ ਕੱਢਣਾ ਚਾਹੀਦਾ ਜੀ ਬਿਲਕੁਲ ਬਿਲਕੁਲ ਔਰ ਜਿਵੇਂ ਗੱਲ ਕਹੀ ਹੈ ਕਿ ਲੋਕਾਂ ਨੂੰ ਇਸ ਵਾਰੀ ਘੜੇ ਨੂੰ ਟਣਕਾ ਕੇ ਜ਼ਰੂਰ ਦੇਖ ਲੈਣਾ ਚਾਹੀਦਾ ਕਿ ਕਿਹਦੇ ਵਿੱਚ ਦਮ ਹੈਗਾ ਆ ਅਤੇ ਪੈਰ ਕਿਸੇ ਵੀ ਪਾਰਟੀ ਦੇ ਹਾਲੇ ਤੱਕ ਪੂਰੀ ਤਰ੍ਹਾਂ ਪੰਜਾਬ 'ਚ ਨਹੀਂ ਲੱਗ ਰਹੇ ਸੋ 2022 ਮਾਰਚ ਦੀ ਉਡੀਕ ਰਹੇਗੀ ਕੱਲ੍ਹ ਨੂੰ ਫਿਰ ਜੁੜਾਂਗੇ ਖਾਲਸ ਚਰਚਾ ਦੇ ਵਿੱਚ ਇੱਕ ਹੋਰ ਨਵੇਂ ਮੁੱਦੇ ਦੇ ਨਾਲ ਜਿਹੜਾ ਕਿ ਤੁਹਾਡਾ ਹੈ ਤੁਹਾਡੇ ਨਾਲ ਜੁੜਿਆ ਹੋਇਆ ਹੈ ਬਹੁਤ ਬਹੁਤ ਧੰਨਵਾਦ ਬਨਵੈਸ ਸਾਹਿਬ ਖਾਲਸ ਚਰਚਾ ਦੇ ਵਿੱਚ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਰੇ ਦਰਸ਼ਕਾਂ ਦਾ ਵੀ ਧੰਨਵਾਦ